ਵਾਲੀ ਪੀੜ੍ਹੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਫੈਸਲਾ ਦੇਸ਼ ਦਾ। ਅਸੀਂ ਲਗਾਤਾਰ ਚਰਚਾ ਕਰ ਰਹੇ ਹਾਂ, ਫੈਸਲਾ ਦੇਸ਼ ਸੁਣਾ ਰਿਹਾ ਤੇ ਇਸ ਦੇਸ਼ ਦੇ ਫੈਸਲੇ ਦੇ ਵਿੱਚ NDA ਨੂੰ ਚੰਗਾ ਵਾਧਾ ਮਿਲਦਾ ਹੋਇਆ ਦਿਖਾਈ ਦੇ ਰਿਹਾ ਰੁਝਾਨਾਂ ਦੇ ਵਿਚਾਲੇ, ਪਰ ਨਤੀਜੇ ਕੀ ਹੋਣਗੇ ਉਸ ਦਾ ਇੰਤਜ਼ਾਰ ਅਸੀਂ ਕਰ ਰਹੇ ਹਾਂ। ਨਤੀਜਿਆਂ ਦੇ ਨਾਲ ਹੀ ਪਰਖਿਆ ਜਾਵੇਗਾ ਕਿ ਕੌਣ ਕਿੰਨਾ ਅੱਗੇ ਅਤੇ ਕਿਸ ਦੀ ਮਜ਼ਬੂਤ ਸਰਕਾਰ ਅਤੇ ਮਜ਼ਬੂਰ ਜਿਹਨਾਂ ਨੂੰ ਕਹਿੰਦੇ ਉਹ ਮਜ਼ਬੂਰ ਕਿੰਨੇ ਹੈਗੇ ਆ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਨਾਲ ਤੁਹਾਡਾ ਤਾਰੁਫ ਕਰਾ ਰਿਹਾ ਮੈਂ। ਲਗਾਤਾਰ ਪੈਨਲ ਬਦਲਦਾ ਜਾ ਰਿਹਾ, ਤੁਹਾਨੂੰ ਦੱਸਿਆ ਸੀਗਾ 40 ਮਹਿਮਾਨ ਸਾਡੇ ਕੋਲ ਅੱਜ ਇੱਥੇ ਪਹੁੰਚ ਰਹੇ ਆ ਵੱਖ ਵੱਖ ਦੌਰ ਦੇ ਵਿੱਚ। ਡਾਕਟਰ ਪਹਿਲਾ ਗਰਗ ਸਾਡੇ ਵਿੱਚ ਪਹੁੰਚ ਚੁੱਕੇ ਨੇ, ਮਾਹਰ ਦੇ ਤੌਰ 'ਤੇ ਸਾਡਾ ਇੱਥੇ ਇਹ ਹਿੱਸਾ ਲੈਣਗੇ। ਪਿੰਡਾਂ ਦੀ ਗੱਲ ਕਰਦੇ ਆ ਅਤੇ ਇਹਨਾਂ ਤੋਂ ਪਿੰਡਾਂ ਬਾਰੇ ਪੁੱਛਣਾ ਹੈਗਾ। ਪਿੰਡ ਤਾਂ ਮਨਫੀ ਹੋ ਗਏ ਸਿਆਸਤ ਦੇ ਵਿਚਾਲੇ, ਅਤੇ ਉਹਨਾਂ ਪਿੰਡਾਂ ਦਾ ਜ਼ਿਕਰ ਅਸੀਂ ਡਾਕਟਰ ਗਰਗ ਹਰਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਗਰਗ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਹਮੀਰ ਸਿੰਘ ਜੀ ਸੀਨੀਅਰ ਪੱਤਰਕਾਰ, ਇਹਨਾਂ ਨੂੰ ਅਕਸਰ ਤੁਸੀਂ ਟ੍ਰਿਬਿਊਨ ਦੇ ਵਿੱਚ ਪੜ੍ਹਦੇ ਹੋਵੋਗੇ। ਹਮੀਰ ਸਿੰਘ ਜੀ ਪਿੰਡਾਂ ਦੀ ਗੱਲ ਕਰਦੇ ਆ, ਕਹਿੰਦੇ ਪਿੰਡ ਬਚੂਗਾ ਤਾਂ ਪੰਜਾਬ ਬਚੂਗਾ, ਪੰਜਾਬ ਬਚੂਗਾ ਤਾਂ ਭਾਰਤ ਬਚੂਗਾ, ਅਤੇ ਜੇ ਪਿੰਡ ਨਹੀਂ ਬਚਣਗੇ ਤਾਂ ਫਿਰ ਭਾਰਤ ਨਹੀਂ ਬਚੂਗਾ, ਨਾ ਪੰਜਾਬ ਬਚੂਗਾ, ਨਾ ਸਾਡਾ ਅੰਨ ਬਚੂਗਾ, ਨਾ ਸਾਡਾ ਅਨਾਜ ਬਚੂਗਾ, ਨਾ ਸਾਡੀ ਜਵਾਨੀ ਬਚੂਗੀ। ਹਮੀਰ ਸਿੰਘ ਜੀ ਬੜੀ ਚਿੰਤਾ ਕਰਦੇ ਆ, ਹਮੀਰ ਸਿੰਘ ਜੀ ਨੂੰ ਇਸੇ ਕਰਕੇ ਇੱਥੇ ਸੱਦਿਆ। ਹਮੀਰ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ। ਅਰਵਿੰਦ ਮਿੱਤਲ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਬੁਲਾ ਰਹੇ ਆ, ਮਿੱਤਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਕੁੰਵਰ ਉਦਯ ਸਿੰਘ ਰਾਠੌਰ ਇਹ ਕਾਂਗਰਸ ਦੇ ਬੁਲਾ ਰਹੇ ਆ, ਰਾਠੌਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਇਹਨਾਂ ਦੋਨਾਂ ਨੂੰ ਬੜਾ ਤਜਰਬਾ ਹੈਗਾ ਸਿਆਸਤ ਦਾ, ਪਰ ਸਿਆਸੀ ਤਜਰਬੇ ਦੇ ਵਿਚਾਲੇ ਬੀਜੇਪੀ ਲਈ ਰੌਣਕਾਂ ਵਾਲੀ ਖਬਰ ਹੈਗੀ ਆ। ਮਿੱਤਲ ਸਾਹਿਬ ਮੈਂ ਥੋੜ੍ਹੀ ਜਿਹੀ ਗੱਲ ਪਿੰਡਾਂ ਦੀ ਵੀ ਜ਼ਰੂਰ ਕਰਨਾ ਚਾਹੂੰਗਾ। ਮਿੱਤਲ ਸਾਹਿਬ ਤੁਹਾਡੇ ਬਾਰੇ ਅਕਸਰ ਇਹ ਕਿਹਾ ਜਾਂਦਾ ਕਿ ਤੁਸੀਂ ਸ਼ਹਿਰੀ ਵੋਟਰਾਂ ਦਾ ਜ਼ਿਕਰ ਕਰਦੇ ਹੋ, ਅਰਬਨ ਏਰੀਆ ਦੀ ਗੱਲ ਕਰਦੇ ਹੋ, ਤੁਸੀਂ ਪਿੰਡਾਂ 'ਚ ਤੁਸੀਂ ਗੱਲ ਹੀ ਨਹੀਂ ਕਰਦੇ ਗੇ, ਅਤੇ ਹੁਣ ਮੈਂ ਪਿੰਡਾਂ 'ਤੇ ਜ਼ਰੂਰ ਫੋਕਸ ਕਰਨਾ ਚਾਹੂੰਗਾ, ਪਿੰਡਾਂ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ? ਨਹੀਂ, ਤੁਹਾਨੂੰ ਇਹ ਇੱਕ ਮਿਸ ਰਿਪ੍ਰੈਜੈਂਟੇਸ਼ਨ ਹੈ ਕਿ ਬੀਜੇਪੀ ਪਿੰਡਾਂ ਦੀ ਗੱਲ ਨਹੀਂ ਕਰਦੀ। ਜੇ ਬੀਜੇਪੀ ਪਿੰਡਾਂ ਦੀ ਗੱਲ ਨਾ ਕਰਦੀ ਹੁੰਦੀ ਤਾਂ ਬੀਜੇਪੀ ਨੂੰ ਪਿਛਲੀ ਵਾਰ ਵੀ 2014 ਦੇ ਇਲੈਕਸ਼ਨ 'ਚ 282 ਸੀਟਾਂ ਨਾ ਆਉਂਦੀਆਂ, ਕਿਉਂਕਿ ਸ਼ਹਿਰੀ ਵੋਟਾਂ ਦੇ ਨਾਲ ਇਕੱਲੀਆਂ ਦੇ ਨਾਲ 282 ਸੀਟਾਂ ਨਹੀਂ ਆ ਸਕਦੀਆਂ। ਬੈਲੈਂਸ ਬਣਾ ਸਕਦੇ ਤੁਸੀਂ ਪਿੰਡਾਂ 'ਚ? ਵੱਖ-ਵੱਖ ਸਟੇਟਾਂ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ, 19 ਸਟੇਟਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ। ਜੇ ਪਿੰਡਾਂ ਦੀ ਗੱਲ ਨਾ ਕਰਦੇ ਹੁੰਦੇ, ਜੇ ਪਿੰਡਾਂ ਦੇ ਲੋਕਾਂ ਦਾ ਸਮਰਥਨ ਨਾ ਹੁੰਦਾ ਤਾਂ ਉਹ ਸਟੇਟਾਂ ਦੀ ਸਰਕਾਰ ਨਾ ਬਣਦੀ। ਮੈਂ ਆਪਣੇ ਹਲਕੇ ਦੀ ਵੀ ਜੇ ਗੱਲ ਕਰਾਂ ਤਾਂ ਸ਼੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕਾ ਜਿੱਥੇ ਤੋਂ ਮੈਂ ਆਉਂਦਾ, ਤਾਂ ਮੇਰੇ ਹਲਕੇ ਦੇ ਵਿੱਚ ਵੀ 180 ਦੇ ਕਰੀਬ ਪਿੰਡ ਪੈਂਦੇ ਆ। ਔਰ ਮੈਂ ਤੁਹਾਨੂੰ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਕਿ ਅਸੀਂ ਪਿੰਡਾਂ ਦੇ ਵਿੱਚ ਮੈਜੋਰਿਟੀ 'ਚ ਜਿੱਤਦੇ ਹਾਂ। ਆਪਣੀ ਗੱਲ ਬਿਲਕੁਲ ਤੁਸੀਂ ਜਾ ਕੇ ਦੇਖ ਸਕਦੇ ਹੋ, ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕਾ ਦੇ ਪਿੰਡਾਂ 'ਚ ਜਾ ਕੇ ਦੇਖ ਸਕਦੇ ਹੋ, ਤੁਹਾਨੂੰ ਸਿਮੈਂਟਡ ਗਲੀਆਂ ਨਜ਼ਰ ਆਉਣਗੀਆਂ ਉੱਥੇ। ਔਰ ਮੈਂ ਬਹੁਤ ਸਾਰੇ ਲੋਕ ਹਲਕਿਆਂ ਤੋਂ ਲੋਕ ਜਿਹੜੇ ਸਾਡੇ ਇਲਾਕੇ 'ਚ ਕਈ ਵਾਰੀ ਆਉਂਦੇ ਆ, ਉਹ ਕਹਿੰਦੇ ਆ ਕਿ ਤੁਹਾਡੇ ਪਿੰਡਾਂ ਦੇ ਹਾਲਾਤ ਸਾਡੇ ਹਲਕਿਆਂ ਦੇ ਪਿੰਡਾਂ ਦੇ ਹਾਲਾਤਾਂ ਨਾਲੋਂ ਜ਼ਿਆਦਾ ਬੈਟਰ। ਚਲੋ ਠੀਕ ਹੈ, ਮੈਂ ਤਾਂ ਵਾਪਸ। ਔਰ ਮੈਂ ਇਹ ਵੀ ਦੱਸ ਸਕਦਾ ਕਿ ਇਸ ਸਰਕਾਰ ਦੇ ਵਿੱਚ ਵੀ 50% ਪੰਚਾਇਤਾਂ, ਜਦਕਿ ਸਰਕਾਰ ਨੇ ਪੰਚਾਇਤ ਇਲੈਕਸ਼ਨ 'ਤੇ ਪੂਰਾ ਦਬਾਅ ਪਾਇਆ, ਪੂਰਾ ਜ਼ੋਰ ਰੱਖਿਆ, 50% ਪੰਚਾਇਤਾਂ 'ਚ ਅੱਜ ਵੀ ਸਰਪੰਚ ਬੀਜੇਪੀ ਦੇ ਬਣੇ ਹੋਏ, ਬੀਜੇਪੀ ਦੇ। ਹਮੀਰ ਸਿੰਘ ਜੀ, ਤੁਹਾਨੂੰ ਪਿੰਡਾਂ ਦੀ ਚਿੰਤਾ ਬਹੁਤ ਸਤਾਉਂਦੀ ਹੈਗੀ ਹੈ, ਕਹਿੰਦੇ ਆ ਵੀ ਸਿਮੈਂਟਡ ਗਲੀਆਂ ਉੱਥੇ ਬਣ ਚੁੱਕੀਆਂ ਹੈਗੀਆਂ, ਪਿੰਡਾਂ ਦੇ ਹਾਲਾਤ ਸ਼ਹਿਰਾਂ ਨਾਲੋਂ ਵਧੀਆ ਹੈਗੇ। ਹਮੀਰ ਸਿੰਘ ਜੀ, ਕਿਸਾਨ ਚਾਹੇ ਖੁਦਕੁਸ਼ੀ ਕਰ ਜਾਵੇ, ਖੇਤ ਮਜ਼ਦੂਰ ਚਾਹੇ ਮਰ ਜਾਵੇ, ਸਿਮੈਂਟਡ ਗਲੀਆਂ ਜਿਹੜੀਆਂ ਉਹ ਤਾਰ ਜਾਣਗੀਆਂ। ਹਮੀਰ ਸਿੰਘ, ਉਹ ਤਾਂ ਦੇਖੋ 70-72 ਸਾਲ ਹੋ ਗਏ ਆਜ਼ਾਦੀ ਤੋਂ ਬਾਅਦ, ਲਗਾਤਾਰ ਜਿਹੜਾ ਡਿਵੈਲਪਮੈਂਟ ਦੇ ਮਾਡਲ ਦਾ ਡਿਜ਼ਾਈਨ ਹੈ ਉਹ ਇਹ ਦੱਸਦਾ ਕਿ ਪਿੰਡ ਕਾਫੀ ਜ਼ਿਆਦਾ ਪਛੜ ਚੁੱਕੇ ਨੇ, ਇਸੇ ਕਰਕੇ ਡਰੇਨੇਜ ਹੁੰਦੀ ਹੈ। ਅਸੀਂ ਫਾਸਟੈਸਟ ਜਿਹੜੀ ਸਟੇਟ ਆ, ਜਿਹੜੀ ਅਰਬਨਾਈਜੇਸ਼ਨ ਵੱਲ ਨੂੰ ਜਾ ਰਹੀ ਹੈ ਸਾਡੇ ਪੰਜਾਬ ਦੇ ਵਿੱਚ, ਉਹਦਾ ਕਾਰਨ ਇਹ ਹੈ ਕਿ ਪਿੰਡਾਂ 'ਚ ਜੇ ਉਸ ਲੈਵਲ ਦੀਆਂ ਸਕੂਲ ਦੀਆਂ ਸੁਵਿਧਾਵਾਂ ਹੁੰਦੀਆਂ, ਉਸ ਲੈਵਲ ਦੀਆਂ ਸਿਹਤ ਦੀਆਂ ਸੁਵਿਧਾਵਾਂ ਹੁੰਦੀਆਂ, ਉਸ ਲੈਵਲ ਦੇ ਰੁਜ਼ਗਾਰ ਦੇ ਵਸੀਲੇ ਹੁੰਦੇ, ਉਸ ਲੈਵਲ ਦੇ ਹੋਰ ਜਿਹੜੀਆਂ ਜ਼ਿੰਦਗੀ ਨੂੰ ਜਿਉਣ ਦੀਆਂ ਲੋੜਾਂ ਨੇ ਉਹ ਹੁੰਦੀਆਂ, ਤਾਂ ਇੰਨੀ ਤੇਜ਼ੀ ਨਾਲ ਲੋੜ ਨਹੀਂ ਸੀ ਅਰਬਨਾਈਜੇਸ਼ਨ ਦੇ ਉਸ ਮਾਮਲੇ 'ਚ। ਔਰ ਇਸੇ ਕਰਕੇ ਪੂਰਾ ਦੇਸ਼ ਔਰ ਪੰਜਾਬ ਦਾ ਕਿਸਾਨ ਅਤੇ ਮਜ਼ਦੂਰ ਖੁਦਕਸ਼ੀ ਕਰ ਰਿਹਾ, ਉਹਦੀ ਰੇਟ ਵੱਧ ਰਹੀ ਹੈ, ਗੌਰਮੈਂਟ ਟੂ ਗੌਰਮੈਂਟ ਬਦਲਦੀਆਂ ਰਹੀਆਂ ਪਰ ਉਹਦੀ ਦਰ ਵੱਧ ਰਹੀ ਹੈ। ਔਰ ਪੰਜਾਬ ਦਾ ਬਹੁਤਾ ਪੇਂਡੂ ਯੂਥ ਜਿਹੜਾ, ਔਰ ਉਹ ਤਾਂ ਇੱਥੇ ਰਹਿਣਾ ਹੀ ਨਹੀਂ ਚਾਹੁੰਦਾ ਪੰਜਾਬ ਦੇ ਵਿੱਚ। ਔਰ ਜਿੰਨਿਆਂ ਵੀ ਪਲੱਸ 2 ਤੋਂ ਬਾਅਦ ਤੁਸੀਂ ਸਰਵੇ ਕਰ ਲਓ ਪੰਜਾਬ ਦੇ ਵਿੱਚ, ਅਤੇ ਹਰ ਬੱਚਾ ਇਹ ਕਹਿੰਦਾ ਕਿ ਆਈਲੈਟਸ ਕਰਕੇ ਬਾਹਰ ਜਾਣਾ, ਕਨੇਡਾ ਜਾਣਾ, ਆਸਟ੍ਰੇਲੀਆ ਜਾਣਾ, ਕਿਤੇ ਹੋਰ, ਉਹਦਾ ਜੀ ਨਹੀਂ ਲੱਗ ਰਿਹਾ ਇੱਥੇ। ਔਰ ਪਾਣੀ ਸੀ, ਮਿੱਟੀ ਸੀ, ਆਬੋ ਹਵਾ ਸੀ, ਸਾਰੇ ਵਸੀਲੇ, ਕੁਦਰਤੀ ਵਸੀਲੇ ਖਤਮ ਹੋ ਚੁੱਕੇ ਨੇ। ਭਵਿੱਖ, ਪਿਛਲੇ ਦਿਨਾਂ 'ਚ ਇੱਕ ਸਰਵੇ ਆਇਆ ਕਿ 25 ਸਾਲਾਂ 'ਚ ਰੇਗਿਸਤਾਨ ਹੋਏਗਾ ਪੰਜਾਬ ਉਸ ਪੱਧਰ ਦੇ ਉੱਤੇ, ਤਾਂ ਇਹ ਪੋਲਿਸੀ ਮੇਕਰ ਦੀ ਜ਼ਿੰਮੇਵਾਰੀ ਸੀ। ਫਿਰ ਡਿਵੈਲਪਮੈਂਟ ਕਾਹਦੀ ਹੋਈ? ਡਿਵੈਲਪਮੈਂਟ ਤੁਹਾਡੇ ਸਾਰੇ ਸਮੁੱਚਤਾ 'ਚ ਹੁੰਦੀ ਹੈ, ਤੁਸੀਂ ਜੀਵਨ ਕਿਵੇਂ ਜਿਉਣ ਦੇ ਲੋਕਾਂ ਨੂੰ ਕਾਬਲ ਬਣਾਉਂਦੇ ਹੋ, ਭਵਿੱਖ ਦੇ ਵਿੱਚ ਕੀ ਗਰੰਟੀਆਂ ਕਰਦੇ ਹੋ, ਔਰ ਉਹਨਾਂ ਦੇ ਡਰ ਦੀ ਬਜਾਏ ਉਹਨਾਂ ਦੇ ਵਿੱਚ ਇੱਕ ਸੁਰੱਖਿਆ ਦੀ ਭਾਵਨਾ ਭਰਦੇ ਹੋ। ਔਰ ਇਹ ਇਸ ਲੈਵਲ ਦੀ ਚੀਜ਼ ਹੋ ਗਈ ਜਿਵੇਂ ਇੱਕ ਜਹਾਜ਼ ਜਾਂਦਾ ਹੁੰਦਾ, ਹੁਣ ਲੋਕ ਐਵੇਂ ਕਰਨ ਲੱਗ ਗਏ ਇਕੱਲੇ ਇਕੱਲੇ, ਔਰ ਉਹ ਡੁੱਬਦਾ ਨਜ਼ਰ ਆਉਂਦਾ, ਛਾਲਾਂ ਮਾਰ ਰਹੇ ਨੇ, ਜਿਹਦੀ ਤਾਂ ਜੀ ਕਰਦਾ ਵਿਦੇਸ਼ ਜਾ ਰਿਹਾ,
हर माँ बाप किसी का जी नहीं करता अपने बच्चे अपने तो दूर भेजण का आप इतने बजुर्गी दे विच कल्ले धक्के खाने का नॉर्मली पंजाब दे विच तां खास तौर पर नेचर यह कि बच्चा डंगोरी बनेगा मापियां दी बुढ़ापे दे विच सांभेगा उन्हां दी देखभाल करेगा पर वो मजबूरी है क्योंकि सामने कोई रुजगार कोई बाकी चीज़ा दिखाई नहीं दे रही जिदे को 20-30 लाख रुपया नहीं है वह बाकी का जो उस लैवल का यूथ है लोअर वो नशे की ओवरडोज नाल मर रहा कि नशे 52,000 केस दर्ज हो चुके हैं पंजाब नशे के जे नशा इसी कहने भी खत्म हो गया जो इन्ने केसा के बावजूद इन्ना मटीरियल फड़िया जा रहा है आए दिन मौतें फिर हो रही ने यह मतलब बीमारी नहीं असं बीमारी ओहले करके परदा पा के भुल जाना चाहते हैं जिमें कबूतर अखा मीचले बिल्ली नू देख के कबूतर की जान नहीं बचती और बिल्ली तो उन्हें हड़प करेगी और समुचता च देख रहे किसी पार्टी का क्वेश्चन नहीं है जे असी अखा बंद करके राठी लाउणी आप अपनी कि असी बहुत वधिया कीता असी बहुत वधिया कीता नतीजा तो साडे सामने है साडे सामने दिखाई दे रहा सारे किते कोई पढ़िया लिखिया बंदा पिंड च रहिंदा और कोई पॉलिटिशियन पिंड च रहिंदा कोई ब्यूरोक्रेट पिंड च रहिंदा क्योंकि रहण दे लायक है नहीं सवाल यह हैगा फिर पिंडां वाले जिहड़े वोट पाउंदे हैगे आ वोटां तो उत्थे पा रहे उहो जिथे पहलां पाउंदे सीगे उहनां कोल कोई बदल नहीं हैगा जां उहनां नूं पता कि सियासत इस तरीके नाल चलनी है नहीं बदल भी नहीं हैगा दूजा सियासी जागरूकता एक बहुत बड़ा चीज है बहुत बहुत बड़ा और जे भीड़ा दी पीड़ा जे जागरूकता ना आए तो बथेरी गरीबी भी कटते हैं लोग कोई मूवमेंटा थोड़ी लड़ रहे हैं कोई जागरूकता का सवाल थोड़ी हो पर पंजाब च इतकी थोड़ा जा फर्क दिखाई देता है पंजाब के वोटर ने सवाल पूछने शुरू किए हैं और ए नहीं कि एक पार्टी तो चाहे कोई पार्टी सी कोई एम पी सी कोई लीडर से जोड़ा वो मुड़के नहीं गया ज कोई गल राबता नहीं रखिया उन्हें उदे तो सवाल करने स्टार्ट किए ने जिदे तो शायद सारे जड़ी अलीट क्लास तंग भी है उस पर ये जो पंजाब के पिंडा जो विरोध होया सारिया सियासी तरह का वेखण मिले इसनों असी किस तरीके देखिए वोटर की जागरूकता हैगी है या वोटर का मोह भंग हो चुका है सिस्टम पर दोनों गल्लां इहदे विच एक तो यह है कि जिवें हरजीत सिंह जी ने दस्सिया वी पंजाब दी जो हालत तो सब दे सामने है चाहे वो हवा है पानी है मिट्टी है किसे जमाने च कहिंदे सी जद सैकंड वर्ल्ड वार वेले भर्ती करदे सी ना अंग्रेज तां औरतां कहिंदियां सी लामा नूं ना जाई वे तैनूं घरे रुजगार बथेरे हुण ओह लामा नूं जाण नूं तैयार ने घरे रुजगार नहीं रहा यह सच है तो वह तवाजन बदल गया आज़ादी तो पहलां नालों वी पंजाब दा दूजी गल इह है कि जब असी इस पिंडां दी हालत नूं देखदे आं उहदे विचों क्योंकि लोग जागरूक तो हुंदे ही ने दोनों गल्लां ने मोह भंग भी है जागरूकता भी है ये दोनों चीज़ों असी इह नहीं कर तीजी गल होर है जिहड़ी विच नहीं आई जिहड़ियां पार्टियां ने वह भी कई वारी भी कालियां झंडियां तो सिखाउंदा उहदे विच कैडर नूं भी यूज़ करदियां ने होया भी है पर यह बहुता वड्डा नहीं हो सकता क्योंकि पार्टियां आपदे कैडर राहीं करनगियां तां सब दे सामने आ जांदा है आम लोगों ने चाहे वह आप पार्टी है चाहे वह अकाली ने चाहे वह बीजेपी है चाहे वह कांग्रेस सन्नी देओल नवां आया से उन्होंने भी सवाल करे ने बलराम जाखड़ नूं सवाल करे ने सॉरी सुनील जाखड़ जी नूं सो वो सारण भगत मान नूं सवाल करे ने हरसिमरत कौर बादल नूं सवाल करे ने किते भी जिहड़े लोग जब सवाल करते हैं खड़े होकर सवाल पूछते हैं भी तुसीं करिया की है उहदा मतलब यह हुंदा है भी वह कल्ली मैनुपुलेशन नहीं हुंदी वह कल्ला मोह भंग होया नहीं हुंदा मोह भंग होया हुंदा तां पार्टियां नूं वोट ना पाउंदे बिल्कुल ही मोह भंग नहीं है बल्कि उन्हों का एक यह है कि तुम असी तो राज नहीं करना एवं लगता हों भी जब देखी जाओ कोई मूवमेंट बनती है पर तुम जवाब दो सानू जवाब दो इस करके मैं कहाँगा एक बहुत पॉजिटिव रुझान है पंजाब दे विच के लोगों ने सवाल करे ने घट घट सवाल तो कर लगे पहले सवाल ही नहीं करते कुमरिंदर सिंह राठौर ये तुहाडे लई बड़ी मुश्किल स्थिति है सियासत दे लई जे लोग तुहाडे तों सवाल पुछणे शुरू करते हैगे उन्होंने तो पुछदे हैगे कि पिंडां ते शहरां च पाड़ा क्यों पाया हैगा ये सवाल तो बड़े औखे होणगे अज दी तरीक में तुहानूं पंजाब चाहे रोजाना दे विच चंगा कुछ दे रहा हैगा पर इन्हां सवालों का जवाब तो देना पवेगा तुहाडी सूबा सरकार इत्थे हैगी है तुसी भी नहीं वो चीज़ां रोक पाए जो पिछली सरकार दे उत्ते तुसी तोहमता ला के सरकार विच आए सीगे खुदकुशियां अज भी हो रही अज भी अमीर गरीब वाला पाड़ा वधदा पिया हैगा पिंडां तों लोक है जिहड़े बाहर नूं जा रहे हमीर सिंह हरी दसदे पए आ तुहाडे लई कोई चिंताजनक स्थिति नहीं हैगी है के पी जी बिल्कुल चिंताजनक स्थिति हैगी है और ये मैं समझदा है किसी पार्टी का मामला नहीं है ये अज एक समाजिक मसले बन चुके हैं जिन्हां दे वल ध्यान बने क्यों समाजिक मसले बने क्यों बिल्कुल ये राजनीतिक पार्टियां की गलती नाल बने मैनूं कोई ग्रेज नहीं एडमिट करो मैनूं कोई ग्रेज नहीं है कहने तो इस गल तो और मैं समझदा है कि लेकिन जिस तरह प्यारेलाल जी ने कहा कि वोटर मैनूं नहीं लग रहा कि अज भी वोटर अपनी समझ बूझ दे नाल अपनी वोट पा रहा है अगर रुझाना नूं देखिए ਤਾਂ ਉਹ ਸਥਿਤੀਆਂ ਸ਼ਾਇਦ ਅਲੱਗ ਹੋ ਸਕਦੀਆਂ ਸੀ ਅਗਰ ਵੋਟਰ ਸਮਝ ਹੁਣ ਆਪਾਂ ਬੇਰੋਜ਼ਗਾਰੀ ਦੀ ਗੱਲ ਕਰਦੇ ਹਾਂ ਦੇਖੋ ਪਿਛਲੇ 5 ਸਾਲ ਦੇ ਅੰਦਰ ਦੇਖੋ ਜੋ ਇੱਕ ਕੇਂਦਰ ਦੇ ਅੰਦਰ ਸਰਕਾਰ ਹੁੰਦੀ ਹੈ ਉਹਨੇ ਨਿਯਮ ਅਤੇ ਨੀਤੀਆਂ ਤੈਅ ਕਰਨੀ ਹੁੰਦੀ ਹੈ ਦੇਸ਼ ਨੂੰ ਇੱਕ ਦਿਸ਼ਾ ਦੇਣੀ ਹੁੰਦੀ ਹੈ
लेकिन मुद्दों की तो कोई गल नहीं हुई, ना बेरोजगारी की गल हुई, ना मजदूर की गल हुई, ना किसानी की गल हुई। और इलैक्शन देखो एक मतलब पोलराइज करके एक मुद्दे के उत्ते इलैक्शन लड़िया गया है। और जो अज तो तीन या चार महीने पहले जी असी गल करते हैं गलिया के अंदर खड़े होकर बाहर लोग गल करते बेरोजगारी की गल, मुद्दों की गल नहीं हुई राठौर साहब, उस सब तो वड्डा फेलर तुहाडा। जे विरोधी मजबूत होए मुद्दों की गल भी होंगी, तुसी मोदी मोदी करते रहे, वो भी मोदी मोदी करते ही, विरोधी मोदी मोदी करते रहे, मुद्दे तुसी आप नहीं चके। मैं तो बिल्कुल कह रहा जी, मैं तो इस गल नूं मनने वास्ते तैयार बैठा। मैं तो कह रहा कि मुद्दे की गल नहीं हो पाई, और मैनू लगता है कि जिथे तक है जिहड़े ओपोजिशन है असी लोग हैं, असी जिहड़े लोगों तक जिहड़ी आवाज़ सीगी वो अपनी आवाज़ पहुँचा नहीं पाए, और लोगों नूं मुद्दे दे नाल टच नहीं कर पाए। उहदा रिजल्ट यह होया, मैं सोचता बहुत मंदभागा, अगर ये रुझान उस तरह ही चलते हैं तो बहुत मंदभागी गल है कि पिछले पाँच साल के अंदर जो रोज़गार का बैकफुट ते गए असी रोज़गार के मसले के उत्ते, आने वाले समय से जो दिख रहा है कि भी होएगा कि मैनू समझ नहीं आ रहा कि देश किस दिशा के अंदर अगे जा रहा। और पंजाब जी जिथे तक गल है, देखो पंजाब सरकार मौजूदा सरकार है और साड़ी एक बहुत वड्डी जिम्मेवारी है, असी कोशिश कर रहे हैं नभाने की। और जिहड़ी हमीर सिंह होरां गल कर रहे हैं कि इत्थों बच्चे बाहर जा रहे हैं, देखो ये ट्रेंड हुण दा नहीं चलिया, ये तकरीबन 20-30 साल हो गए पंजाब के अंदर, और पंजाब के अंदर नहीं केरला के अंदर जिथे लिटरेसी रेट साढ़े नाल बहुत हाई है। एक बच्चों क्रेज मेरे खुद मेरे 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 बच्चे दोनों बाहर ने, हालांकि वह इत्थे रह के गुजारा कर सकते हैं। मैं ये नहीं कहता कि कल्ला इको मसला, मसले एक तो जिहड़े पुराने लोग विदेशों के अंदर गए हैं उत्थे जिहड़ा उन्हां दा शानो शौकत देख के एक हाई फाई सिस्टम देख के भी बच्चों एक लगता है कि असी बाहर जाइए, क्यों ये नहीं है कि हर बच्चा सिर्फ इतों तंग होकर बाहर जा रहा। तो मेरा मानना है कि सानू जिहड़ी असी बच्चों कह सकते सीगे भी बच्चे तुसी इत्थे रह के हिंदुस्तान के अंदर रह के तुसी काम करो, ये साडा भी फेलियर है कि असी उन्होंने कोई दिशा देने च ना कामयाब रहे। राठौर साहब, केंद्र की तुसी गल कीती, केंद्र सरकार जो कुछ काम करे तो उसका असर जिहड़ा हैगा वह दिखना भी चाहिए। केंद्र में कांग्रेस जिहड़ी हैगी हुण तक की वजारत नूं जेकर परसेंटेज वाइज वेख्या जाए सब तो वड्डी परसेंटेज कांग्रेस की रहिंदी है उस शेयर में आजादी तो बाद तो हुण तक, जिहड़ी हर बार कदे गरीबी हटाओ का नारा दिंदी है, कदी कहिंदी असीं गरीब दे नाल आ, फिर इन्ने सालों तो सिर्फ नारेबाजी की काम कर रहे थे। जो तुम मुद्दों कितने एड्रैस किया हों तो शायद सिचुएशन ना होंगी, क्योंकि पिछले पांच सालों में तो एकदम चेंज नहीं हो। देखो देखो मैं बिल्कुल इस गल नूं मानदा और कहना भी है कि असी 100% कामयाब नहीं हुए 70 साल के अंदर, बहुत लंबा समा कांग्रेस ने राज किया, मेजोरिटी ऑफ मतलब टाइम आपां कहीए कांग्रेस ने राज किया, लेकिन जब असी आजाद हुए उस टाइम जिहड़ी साडे मुल्क की हालत सीगी, साडे को है की सीगा, असी सारी चीज़ इंपोर्ट करते, साडे को लड़ने नूं जहाज नहीं सीगी, फौज नहीं सीगी, कोई साधन नहीं सीगा, असी एक दाने नहीं सीगे, असी कणक तक बाहरों लेके आते, एक लैवल तक असी लेके गए हैं, बिजली नहीं सीगी, हुण बीजेपी तो कहती है 18,000 पिंड रह गए सीगे, तो वह 5 साल लग गए इन्हां नूं देण दे वास्ते, बेसिक इंफ्रास्ट्रक्चर करता नहीं। सवाल सवाल यह है कि जिहड़े लोगों नूं अवेयरनैस जिन्हां लोगों के विचारे आनी चाहीदी सी, जिन्हां लोगों नूं राइट जिहड़ा उन्हां दा राइट हैगा कि सवाल पुछण, उन्हां लोकां नूं इन्ना अवेयर करना, उन्हां नूं सिर्फ तुसीं सबसिडी का लॉलीपॉप दे के, कोई भी सरकार आई थोड़ी आई है किसी भी धिर दी आई है, वो सबसिडी का लॉलीपॉप देता या फ्री गिफ्ट्स देते या मुफ्त चीज़ा देतियाँ, ये दे के तुसीं उन्हां नूं कितना कितने मेन लाइन तो जिहड़ा सीगा साइडलाइन कर दे रहे, मेन इशूज़ तो हटाते रहे, उन्हां नूं ये लगता रहा कि यही सारे वधिया ने। चौहान साहब, गल ये है कि जब जिस टाइम कांग्रेस सत्ता के अंदर आई आजादी तो बाद, तो जिहड़ी कुछ मतलब SC BC भरा सीगे या गरीब तबके के लोग सीगे उन्हां दी हालात उस टाइम यह सीगी, और देश के अंदर उस टाइम ना कोई रोज़गार के साधन सीगे, ना कोई इंडस्ट्री सीगी, ना कोई हॉस्पिटल सीगे, ना कोई एजुकेशनल इंस्टीट्यूशन सीगे, तो एक सपोर्ट दी गई सी उन्हां नूं कि सपोर्ट नूं लेके ये जिहड़ा गरीब तबका है, निचला तबका है, ये थोड़ा उपर आवे। और गरीब का मुद्दा, दलित का मुद्दा, राष्ट्रवाद का मुद्दा, राष्ट्रवाद का मुद्दा उपर चला गया, गरीब दलित थले रह गए। नहीं बिल्कुल रहिंदा है, जिहड़ियां अपोजिशन पार्टियां का रोल सीगा मेरा ख्याल है ओवरऑल पार्लीमेंट के अंदर तो पार्लीमेंट तो बाहर, पॉलिटिक्स केवल पार्लीमेंट के बहस का भी नहीं गल होंगी, बहस एक चीज़ है पॉलिसी मेकिंग दे विच रोल प्ले करती है, पर उदे नाल दी नाल जिहड़ा वड्डा मुद्दा हुंदा तुसीं लोकां नूं मोबिलाइज भी करना हुंदा ठीक गल्लां ते, कल्ला प्रेस कॉन्फ्रेंस करके गल कह देनी जां कल्ला किसे नूं निंद देने नाल नहीं हुंदा,
ਉਹ ਗਲੀ ਗਲੀ ਜਾ ਕੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਸਿੱਖਿਅਤ ਕਰਕੇ ਮੋਬਲਾਈਜੇਸ਼ਨ ਕਰਕੇ ਅੰਦੋਲਨ ਰੋਲ ਵੀ ਬਹੁਤ ਵੱਡਾ ਅੰਦੋਲਨ ਖੜਾ ਬਹੁਤ ਵੱਡਾ ਰੋਲ ਹੈ ਸਾਡੇ ਸਟੂਡੀਓ ਦੇ ਵਿੱਚ ਪਿੰਡਾਂ ਦੀ ਡਿਬੇਟ ਹੀ ਨਹੀਂ ਹੋਈ ਕਦੇ ਪਿੰਡਾਂ ਬਾਰੇ ਚਰਚਾ ਨਹੀਂ ਹੁੰਦੀ ਸਾਡੇ ਮੀਡੀਆ ਤਾਂ ਵੈਸੇ ਹੀ ਅਰਬਨ ਸੈਂਟ੍ਰਿਕ ਹੈ ਮੀਡੀਆ ਮੈਟਰੋ ਸਿਟੀਜ਼ ਦਾ ਮੀਡੀਆ ਹੈ ਅਸਲ ਦੇ ਵਿੱਚ ਪਿੰਡ ਤਾਂ ਵੈਸੇ ਹੀ ਨਹੀਂ ਜਦੋਂ ਮੀਡੀਆ ਇੱਕ ਸਹਾਇਕ ਰੋਲ ਦੇ ਵਿੱਚ ਹੈ ਮੀਡੀਆ ਮੇਨ ਰੋਲ 'ਚ ਕਦੇ ਨਹੀਂ ਆ ਸਕਦਾ ਕਿਉਂਕਿ ਡਿਵੈਲਪਮੈਂਟ ਦੇ ਓਵਰਆਲ ਮਾਡਲ ਦਾ ਹਿੱਸਾ ਹੀ ਮੀਡੀਆ ਤੇ ਇਸੇ ਕਰਕੇ ਮਤਲਬ ਦਿੱਲੀ ਦੇ ਵਿੱਚ ਜਾਂ ਬੰਬੇ ਦੇ ਵਿੱਚ ਇੱਕ ਛੋਟਾ ਜਿਹਾ ਸੜਕ ਤੇ ਪਾਣੀ ਖੜ ਜਾਂਦਾ ਉਹਦੇ ਤੇ 24 ਘੰਟੇ ਲੱਗ ਜਾਂਦੇ ਨੇ ਇੱਕ ਰਿਪੋਰਟਰ ਖੜ ਕੇ ਲਗਾਤਾਰ ਦਿਖਾ ਰਿਹਾ ਤੇ ਪਿੰਡਾਂ 'ਚ ਘਰਾਂ ਦੇ ਘਰ ਢਹਿ ਜਾਣ ਜੋ ਮਰਜ਼ੀ ਹੋ ਜੇ ਤੇ ਅਲੱਗ ਅਲੱਗ ਹੋ ਜਾਂਦਾ ਔਰ ਰੇਪ ਕੇਸ ਦਾ ਵੀ ਮਾਮਲਾ ਤੁਸੀਂ ਦੇਖੋ ਕਿ ਜੇ ਦਿੱਲੀ 'ਚ ਹੁੰਦਾ ਉਹ ਓਨਾ ਹੀ ਮਾੜਾ ਜਿੰਨਾ ਰਿਮੋਟ ਦੇ ਵਿੱਚ ਪਿੰਡਾਂ ਦੇ ਵਿੱਚ ਹੁੰਦਾ ਪਰ ਪਿੰਡਾਂ ਦਾ ਪਰਚਾ ਵੀ ਦਰਜ ਨਾ ਹੋਵੇ ਗੱਲ ਵੀ ਨਾ ਹੋਵੇ ਕੋਈ ਪੁੱਛਦਾ ਹੀ ਨਹੀਂ ਕਦੇ ਕੋਈ ਹੋਇਆ ਕਿਸੇ ਬੱਚੀ ਨਾਲ ਤਾਂ ਹੋਈ ਹੋਇਆ ਅਸੀਂ ਲੋਕਾਂ ਨੂੰ ਤਾਂ ਕਹਿੰਦੇ ਲੋਕ ਸਵਾਲ ਨਹੀਂ ਪੁੱਛਦੇ ਇਹ ਮੀਡੀਆ ਵੀ ਜਦੋਂ ਇਦਾਂ ਦੇ ਸਵਾਲ ਪੁੱਛਣ ਲੱਗ ਜਾਏ ਕਿ ਕਵਿਤਾ ਕਦੋਂ ਲਿਖਦੇ ਹੋ ਔਰ ਜਹਾਜ਼ ਵਿੱਚ ਕਦੋਂ ਚੜ੍ਹਦੇ ਹੋ ਕਿਹੜੇ ਫਰੂਟ ਖਾਂਦੇ ਹੋ ਮੀਡੀਆ ਨੇ ਇਹ ਭੂਮਿਕਾ ਕਿਹੜੀ ਮੀਡੀਆ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਨਹੀਂ ਮੀਡੀਆ ਦੀ ਓਨਰਸ਼ਿਪ ਦਾ ਵੀ ਸਵਾਲ ਹੈ ਕਿ ਮੀਡੀਆ ਨੂੰ ਕੰਟਰੋਲ ਕੌਣ ਕਰ ਰਿਹਾ ਔਰ ਕਾਰਪੋਰੇਟ ਮੀਡੀਆ ਜਿਹੜਾ ਹੈ ਤੇ ਉਹ ਸਵਾਲ ਪੁੱਛਣ ਦੀ ਹੈਸੀਅਤ ਨਹੀਂ ਦਿੰਦਾ ਜਿਹੜੇ ਪੱਤਰਕਾਰਾਂ ਨੇ ਟਰਾਈ ਕੀਤੀ ਪੁੰਨ ਪਰਸੋਂ ਨੂੰ ਵਾਜਪਾਈ ਦੀਆਂ 3 ਜਗ੍ਹਾ ਨੌਕਰੀ ਕਿਵੇਂ ਚਲੀ ਜਾਂਦੀ ਹੈ 3 ਮਹੀਨਿਆਂ ਦੇ ਅੰਦਰ ਅੰਦਰ ਜਾਂ ਜਿਹੜੇ ਵੀ ਬੰਦੇ ਹੋਰ ਸਾਰੇ ਨੇ ਉਹ ਸਾਰਿਆਂ ਦੀਆਂ ਨੌਕਰੀਆਂ ਚਲੀਆਂ ਜਾਂਦੀਆਂ ਨੇ ਨੌਕਰੀ ਉਹ ਬੈਠਾ ਜਿਹੜਾ ਐਂਕਰ ਨੂੰ ਦੋਸਤ ਦਾ ਸਵਾਲ ਨਹੀਂ ਹੈ ਉਹ ਐਂਕਰ ਤਾਂ ਨੌਕਰ ਆਦਮੀ ਹੈ ਵਿਚਾਰਾ ਜਿਵੇਂ ਉੱਪਰੋਂ ਤਾਰ ਹਿਲਕਦੀ ਉਹਨੇ ਨੌਕਰੀ ਵੀ ਤਾਂ ਕਰਨੀ ਹੈ ਬੱਚੇ ਪਾਲਣੇ ਨੇ ਕੱਲਾ ਉਹਦੇ ਤੱਕ ਸੀਮਤ ਨਹੀਂ ਹੈ ਸਵਾਲ ਕੇਵਲ ਓਨਰਸ਼ਿਪ ਦਾ ਮਲਕੀਅਤ ਦਾ ਔਰ ਇਸੇ ਕਰਕੇ ਸਾਡਾ ਦੇਸ਼ ਸ਼ਾਇਦ ਇਹ ਇੱਕ ਦੇਸ਼ ਹੈ 5 ਸਾਲ ਦੇ ਵਿੱਚ ਕਿਸੇ ਪ੍ਰਾਈਮ ਮਿਨਿਸਟਰ ਨੇ ਕੋਈ ਪ੍ਰੈਸ ਕਾਨਫਰੰਸ ਤੱਕ ਨਾ ਕੀਤੀ ਹੋਵੇ ਤੇ ਲਾਸਟ 'ਚ ਜੇ ਕੀਤੀ ਵੀ ਹੋਵੇ ਕੋਈ ਸਵਾਲ ਐਡਰੈਸ ਨਾ ਕੀਤਾ ਹੋਵੇ ਇਹ ਗੈਰ ਜਵਾਬਦੇਹੀ ਦਾ ਨਮੂਨਾ ਹੈ ਸਭ ਤੋਂ ਵੱਡਾ ਤੇ ਜਿਹਦੇ 'ਚ ਕੋਈ ਬਹੁਤ ਵੱਡੀ ਗੱਲ ਨਹੀਂ ਹੋ ਰਹੀ ਕਿਉਂਕਿ ਡੈਮੋਕ੍ਰੇਸੀ ਦੀਆਂ ਬੁਨਿਆਦੀ ਜਿਹੜੀਆਂ ਚੀਜ਼ਾਂ ਨੇ ਜਵਾਬਦੇਹੀ ਉਹਦੇ ਤੋਂ ਜਦੋਂ ਕੋਈ ਇੱਦਾਂ ਦੂਰ ਜਾ ਕੇ ਵੀ ਫਿਰ ਵੀ ਪ੍ਰੋਮੀਨੈਂਟ ਲੀਡਰ ਦੇ ਤੌਰ ਤੇ ਮਾਨਤਾ ਲੈਂਦਾ ਹੋਵੇ ਸਵਾਲ ਹੋਣੇ ਬੰਦ ਹੋ ਗਏ ਹੋਣ ਇਹ ਬਹੁਤ ਵੱਡਾ ਕੁਐਸਚਨ ਹੈ ਬੁਨਿਆਦੀ ਤੌਰ ਤੇ ਜਮਹੂਰੀਅਤ ਦਾ ਅਰਵਿੰਦ ਮਿੱਤਲ ਇਹ ਅਚੀਵਮੈਂਟ ਸੀਗੀ 5 ਸਾਲਾਂ ਦੀ ਦੇਖੋ ਅਚੀਵਮੈਂਟ 5 ਸਾਲਾਂ ਦੀ ਜਿਹੜੀ ਹੈਗੀ ਹੈ ਉਹ ਇਹ ਨਹੀਂ ਹੈ ਕਿ ਵੀ ਤੁਸੀਂ ਕੰਪੋਜੀਸ਼ਨ ਕਿਆ ਕਰ ਰਹੀ ਹੈ ਜਾਂ ਕੀ ਕਰਦੇ ਪਬਲਿਕ ਦਾ ਜਿਹੜਾ ਮੂਡ ਸੀ ਅਸੀਂ ਮੈਂ ਤਾਂ ਕੰਪੇਨ ਦੇ ਦੌਰਾਨ ਰਿਹਾ ਨਹੀਂ ਅਸੀਂ ਇਸ ਰਿਜ਼ਲਟ ਦਾ ਮੈਂ ਇੱਕ ਕਲੀਅਰ ਕਰਦਾ ਅਸੀਂ ਇਸ ਰਿਜ਼ਲਟ ਨੂੰ ਫਿਲਹਾਲ ਥੋੜੀ ਦੇਰ ਲਈ ਜਿਸ ਮੈਂ ਰਿਜ਼ਲਟ ਦੀ ਗੱਲ ਨਹੀਂ ਕਰ ਰਿਹਾ ਇਹਨਾਂ ਨੂੰ ਰਿਜ਼ਲਟ ਦੀ ਗੱਲ ਨਹੀਂ ਕਰ ਰਿਹਾ ਪ੍ਰਾਈਮ ਮਿਨਿਸਟਰ ਰਿਜ਼ਲਟ ਤਾਂ ਹਲੇ 2-3 ਘੰਟੇ ਬਾਅਦ 4 ਘੰਟੇ ਬਾਅਦ ਸਾਹਮਣੇ ਪ੍ਰਾਈਮ ਮਿਨਿਸਟਰ ਇੱਕ ਸਿੰਗਲ ਪ੍ਰੈਸ ਕਾਨਫਰੰਸ ਕਰਦੇ ਨੇ ਪਾਰਟੀ ਪ੍ਰੈਜ਼ੀਡੈਂਟ ਦੇ ਨਾਲ ਆਉਂਦੇ ਨੇ 17.5 ਮਿੰਟ ਉਹ ਸਿਰਫ ਚੁੱਪਚਾਪ ਬਹਿ ਕੇ ਦੇਖਦੇ ਨੇ ਕਿ ਕੀ ਪੁੱਛਿਆ ਜਾ ਰਿਹਾ ਔਰ ਪਾਰਟੀ ਪ੍ਰੈਜ਼ੀਡੈਂਟ ਜਵਾਬ ਕੀ ਦੇ ਰਹੇ ਨੇ ਉਹ ਕਿਤੇ ਖੁਦ ਐਕਟਿਵ ਹੁੰਦੇ ਨਜ਼ਰ ਨਹੀਂ ਆਉਂਦੇ ਕੀ ਪ੍ਰੈਸ ਤੇ ਸਵਾਲਾਂ ਦੇ ਸਵਾਲਾਂ ਤੋਂ ਡਰ ਲੱਗਦਾ ਜਾਂ ਸਵਾਲਾਂ ਦੇ ਜਵਾਬ ਉਹਨਾਂ ਦੇ ਕੋਲ ਨਹੀਂ ਹੁੰਦੇ ਇਸ ਕਰਕੇ ਡਰ ਲੱਗਦਾ ਨਹੀਂ ਨਹੀਂ ਸਵਾਲ ਇਹ ਨਹੀਂ ਹੈ ਕਿ ਪ੍ਰੈਸ ਦੇ ਸਵਾਲਾਂ ਤੋਂ ਡਰ ਲੱਗਦਾ ਹੈ ਜਾਂ ਕੀ ਉਹਨਾਂ ਨੇ ਮੀਡੀਆ ਨੂੰ ਐਡਰੈਸ ਵੀ ਕੀਤਾ ਉਹਨਾਂ ਨੇ ਇੰਟਰਵਿਊਜ਼ ਵੀ ਦਿੱਤੇ ਹੈ ਉਹਨਾਂ ਦੇ ਮੀਡੀਆ ਦੇ ਵਿੱਚ ਇੰਟਰਵਿਊਜ਼ ਵੀ ਆਏ ਹੈ ਡਿਊਰਿੰਗ ਇਲੈਕਸ਼ਨ ਵੀ ਆਏ ਹੈ ਲੇਕਿਨ ਜਿਹੜੀ ਮੇਨ ਗੱਲ ਹੈ ਕਿ ਕੰਟਰੀ ਦਾ ਮੂਡ ਕੀ ਹੈ ਦੇਸ਼ ਦੇ ਲੋਕਾਂ ਦਾ ਮੂਡ ਕੀ ਹੈ ਉਸ ਮੂਡ ਨੂੰ ਮੈਂ ਕੈਂਪੇਨ ਦੇ ਦੌਰਾਨ ਦੇਖਿਆ ਕੈਂਪੇਨ ਦੇ ਦੌਰਾਨ ਅਸੀਂ ਜਿੰਨੀਆਂ ਵੀ ਗੱਲਾਂ ਮੋਦੀ ਸਾਹਿਬ ਦੀ ਅਚੀਵਮੈਂਟਸ ਦੇ ਬਾਰੇ 'ਚ ਕਰਦੇ ਸੀ ਗਰੀਬ ਲੋਕਾਂ ਦੇ ਲਈ ਦਲਿਤ ਵਰਗ ਦੇ ਲਈ ਜਿਹੜੀਆਂ ਉਹਨਾਂ ਨੇ ਸਕੀਮਾਂ ਲਾਗੂ ਕੀਤੀਆਂ ਉਹ ਸਕੀਮਾਂ ਦੀ ਗੱਲ ਕਰਦੇ ਸੀ ਜਾਂ ਦੇਸ਼ ਦੀ ਸੁਰੱਖਿਆ ਦੇ ਬਾਰੇ 'ਚ ਗੱਲ ਕਰਦੇ ਸੀ ਆਤੰਕਵਾਦ ਦੀ ਲੜਾਈ ਦੇ ਬਾਰੇ 'ਚ ਗੱਲ ਕਰਦੇ ਸੀ ਇੱਕ ਮਜ਼ਬੂਤ ਔਰ ਡਿਸਿਸਿਵ ਲੀਡਰਸ਼ਿਪ ਦੀ ਗੱਲ ਕਰਦੇ ਸੀ ਭ੍ਰਿਸ਼ਟਾਚਾਰ ਤੋਂ ਪਿੱਛੇ ਤੋਂ ਉਹਨੂੰ ਇੱਕ ਦਰ ਜਿਹੜਾ ਹਿੰਦੁਸਤਾਨ ਦੀ ਰਾਜਨੀਤੀ 'ਚੋਂ ਪਿੱਛੇ ਖਤਮ ਕੀਤਾ ਉਹਨਾਂ ਨੇ ਉਸ ਦੀ ਗੱਲ ਕਰਦੇ ਸੀ ਤਾਂ ਲੋਕਾਂ ਦਾ ਉਹਨਾਂ ਦੇ ਨਾਲ ਸਮਰਥਨ ਹੁੰਦਾ ਸੀ ਔਰ ਬਹੁਤ ਸਾਰੀਆਂ ਗੱਲਾਂ ਸੀ ਜਿਨ੍ਹਾਂ ਦੇ ਉੱਤੇ ਲੋਕ ਮੋਦੀ ਸਾਹਿਬ ਦੇ ਨਾਮ 'ਤੇ ਸਮਰਥਨ ਕਰਦੇ ਸੀ ਹੁਣ ਜੇ ਮੋਦੀ ਸਾਹਿਬ ਦਾ ਕਾਰਵਾਈ ਠੀਕ ਸੀ ਤਾਂ ਕੋਈ ਐਸਾ ਕੋਈ ਹਿੰਦੁਸਤਾਨ ਦੀ ਜਨਤਾ ਕੋਈ ਮੂਰਖ ਨਹੀਂ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਕਿਸੇ ਦੇ ਬਹਿਕਾਵੇ 'ਚ ਆ ਕੇ ਵੋਟਾਂ ਪਾਉਂਦੇ ਜੇ ਜਨਤਾ ਦਾ ਅੱਜ ਰੁਝਾਨ ਨਜ਼ਰ ਆ ਰਿਹਾ ਕਿ ਮੋਦੀ ਸਾਹਿਬ ਦੇ ਹੱਕ ਦੇ ਵਿੱਚ ਐਡਾ ਵੱਡਾ ਰੁਝਾਨ ਆ ਰਿਹਾ ਐਨਡੀਏ ਦੇ ਹੱਕ ਦੇ ਵਿੱਚ ਐਡਾ ਵੱਡਾ ਰੁਝਾਨ ਆ ਰਿਹਾ ਤਾਂ ਇਹ ਉਹਨਾਂ ਦੀ ਅਚੀਵਮੈਂਟਸ ਦਾ ਨਤੀਜਾ ਹੈ ਇਹ ਉਹਨਾਂ ਦੇ ਕੰਮ ਦਾ ਨਤੀਜਾ ਹੈ ਇਸ ਕਰਕੇ ਨਹੀਂ ਹੈ ਕਿ ਜੀ ਕਿ ਕਾਂਗਰਸ ਮੁੱਦੇ ਨਹੀਂ ਚੱਕ ਸਕੀ ਜਾਂ ਓਪੋਜੀਸ਼ਨ ਮੁੱਦੇ ਨਹੀਂ ਚੱਕ ਸਕੀ ਕਾਂਗਰਸ ਦੇ ਕੋਲ ਮੁੱਦਾ ਕੋਈ ਸਿਗਾ ਹੀ ਨਹੀਂ ਜਿਹਨੂੰ ਉਹ ਚੱਕ ਸਕਦਾ ਗਰਗ ਸਾਹਿਬ ਗਰਗ ਸਾਹਿਬ ਮੋਦੀ ਸਾਹਿਬ ਹਾਵੀ ਹੋ ਗਏ ਮੁੱਦਿਆਂ ਤੇ ਦੇਖੋ ਇੱਕ ਗੱਲ ਹੈਗੀ ਹੈ ਕਹਿਣ ਨੂੰ ਆਪਾਂ ਜੋ ਵੀ ਹੈ ਜਿਵੇਂ ਇੱਕ ਅਨਭੋਲ ਬੱਚੇ ਨੂੰ ਤੁਸੀਂ ਨਸ਼ਾ ਦੇਣਾ ਸ਼ੁਰੂ ਕਰ ਦਿਓ ਅਤੇ ਉਹ ਨਸ਼ੇ 'ਚ ਨੱਚਣਾ ਸ਼ੁਰੂ ਕਰ ਦੇ ਅਤੇ ਅਸੀਂ ਕਹੀਏ ਵੀ ਦੇਖੋ ਇਹ ਤਾਂ ਆਪ ਹੀ ਨੱਚਦਾ ਜਿਹੜਾ ਸਾਡੇ ਦੇਸ਼ ਦੇ ਵਿੱਚ ਸੁਪਨੇ ਬੁਣਨ ਦਾ ਸਵਾਲ ਸੀ ਆਜ਼ਾਦੀ ਤੋਂ ਬਾਅਦ ਸੁਪਨੇ ਆਏ ਸੀ ਅਸੀਂ ਵੀ ਆਜ਼ਾਦੀ ਤੋਂ ਬਾਅਦ ਜਦ ਦੇਖਿਆ ਸੀ ਉਦੋਂ ਸੁਪਨੇ ਸੀ ਕੋਈ ਸਕੂਲਾਂ 'ਚ ਪੜ੍ਹਦੇ ਹੋਏ ਵੀ ਉਹ ਸੁਪਨਾ ਅੱਜ ਸਾਡੀ ਯੂਥ ਦਾ ਸਾਡੇ ਦੇਸ਼ ਦਾ ਉਹ ਸੁਪਨਾ ਤਾਂ ਟੁੱਟ ਗਿਆ ਜਦ ਅਸਲੀ ਸੁਪਨਾ ਟੁੱਟ ਜਾਂਦਾ ਹੈ ਤਾਂ ਫਿਰ ਕੋਈ ਨਾ ਕੋਈ ਬਣਾਉਟੀ ਕੋਈ ਬਣਾਈ ਹੋਈ ਗੱਲ ਜਿਹੜੀ ਹੈ ਜਿਹਨੂੰ ਆਪਾਂ ਕਹਿੰਦੇ ਮੈਨੂਫੈਕਚਰਿੰਗ ਆਫ ਦੀ ਕੰਸੈਂਟ ਤਿਆਰ ਕੀਤੀ
क्योंकि कॉमन मैन अजे तक गवर्नेंस तो वेल नहीं मिलती। जिवें इन्हां ने गल करी है भी जी उत्थे गलियां नालियां की गल करी है, किसी ने इन्हां ने कहा जी असीं 2.5 साल च बड़ा इत्थे सरकार ने कांग्रेस जी ने बहुत कुछ करता, जिहड़े देखण नूं ग्राउंड रियलिटी ते नहीं मिलता। सबनों पता है, कोई दोहरावा नहीं है। गलियां नालियां दे उत्ते असीं गवर्नेंस दे उत्ते, जे कोई बाहरले भी फोन करदे ने, देखो जी इत्थे फोन करो फटाफट आ जांदा है। असीं सियासत ते गल करना लोकां नूं बंद कराता, असी इस ते कराता भी जां तुसी सबसिडी लैणो जां तुहाडियां गलियां नालियां हो जाणगियां, तुहानू नौकरी दे देंगे। हालांकि नौकरियां च वी एक आई गई सीधे तौर ते गर्ग साहब लालच दित्ता जा रहा है। मैं आ रहा हां, मैं पुछना चाहना गर्ग साहब नूं, फिर होर तुसी दस्सो विकास किस चीज नूं कहंदे हो? गलियां नालियां पक्कियां हो जाण, सीवरेज सिस्टम चल पवे, पीण वाला पानी पहुंच जाए, सेहत सुविधावां हो जाण। साहब एक एक उठा रहे गल सुनिए, विकास किस चीज नूं कहोगे? लेट मी कम। विकास दे दो पार्ट ने, एक मनुखी विकास है, एक फिजिकल विकास है। वैसे तो मैं इस विकास का मॉडल जो चल रहा अज्ज, जिहड़ा मॉडल लोगों को बेरोजगार करता हो, तुसी कहने रुजगार दिता, बेरोजगार होए ने लोग इस मॉडल च, चाहे यूपीए जी सरकार सी चाहे वह एनडीए जी सरकार सी। दूजी गल, जिहड़ा मॉडल इत्थों की हवा नूं, इत्थों के पानी नूं, इत्थों की मिट्टी नूं खराब करता हो, मॉडल नुकसानदायक है, वह मॉडल नूं विकास नहीं कहा जा सकता। जिहड़ा मॉडल गरीब आदमी नूं बस दे विच किराया टॉल दे उत्ते, आम लोगों नूं अजे तक नहीं ये पता लगता है भी जिहड़ी टॉल आ गरीब आदमी ज़्यादा दे रहा कार वाले दे मुकाबले, क्योंकि बस का किराया वह वध है टॉल करके, तो उन्होंने अज तक असी उन्होंने तो कोई फर्क नहीं पैंदा, उही जी सड़क का उच्चे पुल कि बनाए वो किहदे वास्ते, जिहदे करके लोगों दी छोटी छोटी दुकाना रेहड़ी अगे चलाउणी बंद हो जाए, वो भी विकास नहीं उस तरीके। पर बिना दुनिया च कोई देश है जिथे अप्रोच रोड बिना टोल तो नहीं निकलती पहला, कि जिहड़ा बंदा टोल तो नहीं जाना चाहता वह इधर दी जा सकता, चाहे सड़क माड़ी है या चंगी है। कोई देश केवल एक कंट्री है जिथे हर जगह ते टोल लगते हैं, फर्क सिर्फ इन्ना है इत्थे रुक के पर्ची कटनी पैंदी है, उत्थे चिप लगी हुंदी है, ऑटोमेटिक डेबिट होंदा है। दुनिया दे विच विदाउट टोल रोड जांदी है, जे मैं टोल ते नहीं जाना चाहुंदा मैनूं मिलेगा? मैनूं कोई रोक नहीं सकदा। इत्थे भी हैगियां इंटरनल रोड्स ने, लेकिन रोड निकल गया है, इत्थे रास्ता बंद कर दिया, बिल्कुल तुसीं चलो मेरे नाल बंद कर देना, फड़ के रोक, बिल्कुल हैगियां इंटरनल रोड हो, उन्हां नूं चोर सड़कां कहा जांदा, उन्हां नूं कोई मतलब नहीं है, जिहड़ियां आप लभणियां पैंदियां, जिहनूं रस्तिआं दा पता उह आप लभदा हैगा। पॉलिटिशियन दी ठेकेदार नाल मिली भुगत करके रोड नहीं बण रही, करप्शन है, जिहड़े मर्जी पार्टी चलदी होवे तुहाडे सामने बैरियर लाके खड़दे ने उत्थे, सुनना नहीं। मैं छोटा ब्रेक लेना। सीधे तौर ते सानू डराया जा रहा, चाहे वह टोल दे जरिए होवे, चाहे साडे ते चीज़ां थोपियां जांदियां होण। सवाल बहुत सारे हैगे, जिहड़ी आजादी दी असी जिक्र करदे आ, जिहड़े आजादी दे सुपने जिक्र करदे आ, वो सड़कां नालियां गलियां नहीं हैगियां, वो साडे सुपनिआं दा भारत आ, जिहड़ा सुपने सानू दिखाए जांदे रहे हैगे आ, जज्बातां दे उत्ते सुपने भारू करके सानू उस तरीके नाल मॉडल दिखाया जांदा जिहदे विच साडे विच पाड़ा वधाया जा रहा हैगा। जे पाड़ा वधूगा फिर साडा विकास दा एजेंडा फेल है, ते फिर एजेंडे कोई होर ही अगे आउणगे। फैसला देश दा, तुहाडा फैसला सारिआं नूं कबूल हैगा, पर जिहड़े मुद्देआं दा जिक्र असीं कर रहे हां वो असीं लगातार करदे रहांगे। ब्रेक तों बाद वी वापस आ रहे हां। वक्फे तो बाद एक बार फिर तुहाडा स्वागत है फैसला देश दा। देश दा फैसले दे विचाले पंजाब दा फैसला की आ रहा सी उहदा भी जिक्र कर लईए थोड़ा थोड़ा। हमीर सिंह जी थोड़ी टिप्पणी दे दो एक। सुखबीर सिंह बादल अपनी सीट तो वड्डी लीड करदे पए आ, जदके उत्थे दावा किया जा रहा सीगा कि वोट इहो जी हैगी आ शेर सिंह कबायत दी, जिहड़ी उहदी आपदी बरादरी दी हैगी आ, उस वोट दे नाल सुखबीर सिंह बादल नूं उह हरा सकदे आ। ਉਹ ਜਿਹੜੀ ਸੀਟ ਹੈ ਫਿਰੋਜ਼ਪੁਰ ਦੀ ਸੀਟ, ਇਹ ਠੀਕ ਹੈ ਗੱਲ ਕਿ ਪੰਜਾਬ ਦੀ ਇੱਕੋ ਇੱਕ ਸੀਟ ਹੈ ਜਿੱਥੇ ਜਨਰਲ ਸੀਟ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਖੁਦ ਉਸੇ ਘੁਬਾਏ ਨੂੰ ਸ਼ੇਰ ਸਿੰਘ ਘੁਬਾਇਆ ਨੂੰ ਟਿਕਟ ਦਿੰਦਾ ਰਿਹਾ, ਕਿਉਂਕਿ ਐਸੀ ਹੋਣ ਦੇ ਬਾਵਜੂਦ। ਔਰ ਪਰ ਕਾਰਨ ਇਹ ਹੈ ਕਿ ਜਦੋਂ ਹੁਣ ਘੁਬਾਇਆ ਚੋਣ ਲੜ ਰਿਹਾ ਤਾਂ ਇਹ ਲੱਗਦਾ ਸੀ ਵੀ ਜਿਵੇਂ ਘੁਬਾਏ ਨੂੰ ਇੱਕ ਵਾਰ ਟਿਕਟ ਦੇ ਕੇ ਮੁੜ ਕੇ ਕਾਂਗਰਸ ਪਾਰਟੀ ਨੇ ਹੀ ਉਹਨੂੰ ਡਿਸਓਨ ਕਰਤਾ ਹੁੰਦਾ, ਛੱਡਤਾ ਹੁੰਦਾ। ਔਰ ਮੈਂ ਫਿਰੋਜ਼ਪੁਰ ਦੇ ਵਿੱਚ ਘੁੰਮਿਆ, ਫਿਰੋਜ਼ਪੁਰ ਦੇ ਵਿੱਚ ਰਿਣਵਾਰ ਨੇ ਰੈਲੀ ਕੀਤੀ, ਮਹਿੰਦਰ ਕੁਮਾਰ ਰਿਣਵਾਰ ਨੇ ਆਪਦੇ ਸਮਰਥਕਾਂ ਦੀ, ਔਰ ਸਾਰੇ ਸਮਰਥਕਾਂ ਨੇ ਕਿਹਾ ਕਿ ਘੁਬਾਏ ਨੂੰ ਹਰਾਉਣਾ, ਔਰ ਘੁਬਾਏ ਨੂੰ ਹਰਾਉਣਾ ਪਬਲਿਕਲੀ। ਪਬਲਿਕਲੀ ਤੁਸੀਂ ਪੈਲਸ ਦੇ ਵਿੱਚ ਇਕੱਠ ਕਰਕੇ ਕਹਿ ਰਹੇ ਹੋ, ਇੱਕ ਵੀ ਕਾਰਵਾਈ ਨਹੀਂ ਹੋਈ ਕਿਸੇ ਦੇ ਖਿਲਾਫ਼। ਔਰ ਇਹ ਵੀ ਕਿਹਾ ਜਾਂਦਾ ਕਿ ਜਦੋਂ ਬਰਗਾੜੀ ਆਏ ਰਾਣਾ ਸੋਢੀ, ਆਹ ਰਾਹੁਲ ਗਾਂਧੀ ਨੇ ਰਾਣਾ ਸੋਢੀ ਨੂੰ ਸੱਦ ਕੇ
डांट मारी भी तुम की कर रहे हो जो तेरे हल्के चो घट गया तो देख ली तू ये कर रहा है वो कर और उत्थे वोटर ये कहते भी कैप्टन अमरिंदर सिंह कागज भरा गए ने तो एक रैली की है उन्होंने और वोटर उत्थे मैनू कहते मैंने भी कैप्टन साहब ने ना ये तो कहा नहीं घुबाए न वोट पाओ वो स्पीच करके भग गए वोटर की देखता है राहुल की मांग की नवजोत सिद्धू की मांग की मैं उन्होंने सवाल किया कैप्टन अमरिंदर सिंह तो अलावा कोई नहीं आया इतने कैप्टन साहब भी जो गए मैं तुम्हें दसिया कि लोग यह कह रहे थे उन्होंने ए तो कह ही नहीं घुबाए वोट पाओ तो लोग ये भी कहते ना भी इनू वोट पाओ नाल खड़ा के थापी देनी पैंदी है कि साडा कैंडीडेट है इनू पाओ ये भी मैसेज लोगों तक जाता है किसी ना किसी रूप कैप्टन अमरिंदर सिंह नहीं चाहते थे शेर सिंह घुबाया और उदे तो ये शंके जिहड़े बहुत वड्डे पद्धर ते फैलदे ठीक है राठौर साहब जिहड़े शंके सिद्धू ते कैप्टन दी लड़ाई दे विच आ रहे राठौर साहब तुसीं आप ही नहीं चाहते थे शेर जिते देखो ये कोई भी पार्टी का कारकुन कोई लीडर कोई वर्कर नहीं चाहता कि साडा कैंडीडेट कैमरे अगे नहीं बोल सकदे वैसे जो जो कैमरा ऑफ हो गया दस दियो कैंडिडेट ना आ रहे देखो स्टार प्रचारक की तुसी गल की है स्टार प्रचारक की लिस्ट जिहड़ी है वो 50-60 दिन पहला बन जाती है और केड़े बंदे ने किथे जाना इहदा सारा शेड्यूल सारा शेड्यूल 17 तारीख नु नवजोत सिद्धू प्रियंका गांधी दे कहने ते बठिंडे जांदे आ कोई कहने पहला लिस्ट बन जांदी है पटना साहिब दी छड के देखो देखो प्रियंका नहीं नहीं एक होर बयान के 4 दिन तक सिद्धू रेस्ट करनगे वोकल कॉर्ड्स जेड़े हैगे ओ खराब हो गए नहीं ओ बिल्कुल हो गए देखो देखो ए जेड़े सिद्धू साहब ने केड़ी दवाई ठीक कर दी नहीं नहीं सिद्धू साहब साडे स्टार प्रचारक ने और जेड़ी देखो हाईकमांड साडी प्रियंका जी ते राहुल जी हैं जो कहणगे ओ करणगे भी तो जिथे तक घुबाया साहब की गल है कोई भी कुल मिला के नहीं, 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 चर्चा जी हो रही है थोड़ा सा मैं चर्चा दसदा मैं लोगों की गल करदा हुंदा वो ये कहंदे आ भी अकाली दल चो शेर लिया के कांग्रेस ने खत्म करना सी करता नहीं नहीं इदां दी गल नहीं है देखो अकाली दल तो बहुत आए ने मनप्रीत बादल जी आए ने बहुत सारे यह जे लीडर ने वे जी नहीं अमरिंदर सिंह जी तो कांग्रेस ही सी कांग्रेस ही सी कांग्रेस चो गए हैं चलो वो भी एक मैं कहना पंजाब दे वास्ते एक वड्डी गल अकाली दल भी बनाया पंजाब दे वास्ते एक वड्डी गल सी कि एक उन्होंने पंजाब ते पंजाबीयत सिखां लई अपनी सीट नू छड्डिया और पार्टी नू छड्डिया मैं उन गल्लां च नहीं जावांगा लेकिन मैं समझदा कि पार्टी वर्कर्स ने जिहड़ी हैगी आ मेहनत कीती है बाकी रिजल्ट आना जो भी है वो देख चलो ठीक है शेर सिंह घुबाया नू तुसी नहीं सी चाहुंदे भई हार जाण या नहीं नहीं नहीं, नहीं 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 देखो सुनील जाखड़ दे बारे बयान देने दी की लोड सी भी उत्थे जाके मुख्यमंत्री बन जाणगे अगले मुख्यमंत्री बन सकदे ने 34,000 वोटां तों पिछे चल रहे ने उत्थे देखो ये एक ना हल्लाशेरी हुंदी है ये हल्लाशेरी हुंदी है तुसी भी जानदे हो कि 5 साल दे अंदर तां मुख्यमंत्री कैप्टन साहब नहीं रहना अगला इलेक्शन की होना असीं प्रेडिक्ट नहीं कर सकदे ਪ੍ਰੈਡਿਕਟ ਨਹੀਂ ਕਰ ਸਕਦੇ ਨਹੀਂ ਮੈਨੂੰ ਲੱਗਦਾ 2 ਤਾਰੀਖ ਦੀ ਵਾਰ ਵੀ ਹੋਈ ਆ ਉੱਥੇ ਪ੍ਰੈਡਿਕਟ ਨਹੀਂ ਕਰ ਸਕਦੇ ਪ੍ਰਤਾਪ ਸਿੰਘ ਬਾਜਵੇ ਨੂੰ ਲੱਗਿਆ ਵੀ ਮੇਰੇ ਦਾ ਜੜਾ ਹੀ ਕੱਟੀਆਂ ਕਿ ਜਾਂ ਉਹ ਦੋ ਉਲਟਾ ਅਸਰ ਕਰਨ ਵੀ ਬੰਦਾ ਜ਼ਿਆਦਾ ਹੋ ਜਾਂਦਾ ਇਹਦਾ ਮਤਲਬ ਪ੍ਰਤਾਪ ਸਿੰਘ ਬਾਜਵਾ ਨੇ ਵਿਰੋਧ ਕਰਤਾ ਸੁਨੀਲ ਜਾਖੜ ਦਾ ਉੱਥੇ ਜਿਹੜਾ ਲਾਈਨ 'ਚ ਬਿਲਕੁਲ ਉਹ ਤਾਂ ਸਭ ਨੂੰ ਦਿਖਾਈ ਦੇ ਰਹੇ ਨੇ ਗਏ ਨਹੀਂ ਉਹ ਕਿਤੇ ਪ੍ਰਚਾਰ ਨਹੀਂ ਹੋਇਆ ਕਿਤੇ ਨਹੀਂ ਰਾਹੁਲ ਗਾਂਧੀ ਨਾਲ ਖੰਨੇ ਦੀ ਰੈਲੀ 'ਚ ਬੈਠੇ ਨੇ ਤੇ ਗੁਰਦਾਸਪੁਰ ਦੀ ਰੈਲੀ 'ਚ ਨਹੀਂ ਹੈ ਗੱਲ ਇਹ ਸਾਰੀ ਕੋਈ ਮੈਸੇਜ ਤਾਂ ਹੁੰਦਾ ਹੀ ਹੈ ਕਿਤੇ ਨਾ ਕਿਤੇ ਇਹ ਸਾਰੀ ਪਾਰਟੀਆਂ 'ਚ ਹੁੰਦਾ ਹੈ ਆਪਸ 'ਚ ਮਤਭੇਦ ਵੀ ਹੁੰਦੇ ਆ ਸਾਰੀਆਂ ਗੱਲਾਂ ਹੁੰਦੀਆਂ ਲੇਕਿਨ ਟੀਚਾ ਐਂਡ ਦੇ ਅੰਦਰ ਆਹੀ ਹੁੰਦਾ ਹੈ ਜਦ ਅਸੀਂ ਮਿਸ਼ਨ 13 ਦੀ ਗੱਲ ਕਰ ਰਹੇ ਹਾਂ ਤਾਂ ਤੁਸੀਂ ਠੀਕ ਹੈ ਮਿਸ਼ਨ 13 ਵਿੱਚ ਇੱਕ ਹੋਰ ਸੀਟ ਦਾ ਜ਼ਿਕਰ ਕਰ ਲੈਂਦੇ ਹਾਂ ਰਾਠੌੜ ਸਾਹਿਬ ਹੁਸ਼ਿਆਰਪੁਰ ਤੁਹਾਡੇ ਕੋਲ ਇੱਕ ਬਹੁਤ ਸਿੰਗਲ ਲਾਈਨ ਬੜੀ ਸੋਲਿਡ ਜੀ ਸੀਗੀ ਜਿਹੜੀ ਅਸੀਂ ਆਪਸ ਵਿੱਚ ਚਰਚਾ ਕਰਦੇ ਸੀ ਕਿ ਬੀਜੇਪੀ ਨੇ ਆਪਣੇ ਮੰਤਰੀ ਨੂੰ ਇਸ ਸੀਟ ਤੋਂ ਹਟਾਤਾ ਇਹ ਸਿੰਗਲ ਲਾਈਨ ਕਹਿ ਕੇ ਤੁਸੀਂ ਜਿੱਤ ਸਕਦੇ ਸੀ ਸ਼ਾਇਦ ਉਸ ਸੀਟ ਤੇ ਤੁਸੀਂ 13,590 ਵੋਟਾਂ ਤੋਂ ਪਿੱਛੇ ਚੱਲ ਰਹੇ ਹੋ ਪਿਛਲੀ ਵਾਰ ਜਿੱਤ ਦਾ ਫਰਕ 13,582 ਵੋਟਾਂ ਸੀਗਾ ਦੇਖੋ ਇਹ ਜਿਹੜੀ ਸਾਡੀ ਸਰਵੇ ਹੁੰਦੇ ਆ ਉਹ ਸਰਵੇ ਦੇ ਅੰਦਰ ਜੋ ਵੀ ਸਟੇਟ ਪੈਨਲ ਤੋਂ ਅੱਗੇ ਨਾਮ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਫੈਸਲਾ ਸਾਡਾ 3 ਕਮੇਟੀਆਂ ਦੇ ਅੰਦਰ ਹੁੰਦਾ ਸਿੰਗਲ ਪੈਨਲ ਤੇ ਫੈਸਲਾ ਕਦੀ ਵੀ ਨਹੀਂ ਹੁੰਦਾ ਉਹ ਲਾਸਟ ਫਾਈਨਲ ਸਟੇਜ ਤੇ ਜਿਹੜਾ ਸੀਈਸੀ ਨੇ ਫੈਸਲਾ ਕੀਤਾ ਉਹਦੇ 'ਚ ਬਹੁਤ ਕ੍ਰਾਈਟੀਰੀਆ ਦੇਖੇ ਜਾਂਦੇ ਆ ਵਿਨੀਬਿਲਟੀ ਦੇਖੀ ਜਾਂਦੀ ਹੈ ਇਹ ਨਹੀਂ ਹੈ ਕਿ ਪਿਛਲੀ ਵਾਰ ਕੋਈ ਕੈਂਡੀਡੇਟ ਸੀਗਾ ਉਸੇ ਨੂੰ ਲੜਾਉਣਾ ਹੈ ਦੁਬਾਰਾ ਇਹ ਸਾਰੀ ਚੀਜ਼ਾਂ ਨੂੰ ਕਾਊਂਟ ਕਰਕੇ ਕੌਣ ਵਿਨੀਬਲ ਕੈਂਡੀਡੇਟ ਹੈ ਬੜੀ ਈਜ਼ੀ ਗੋਇੰਗ ਸੀਟ ਮੰਨੀ ਜਾ ਰਹੀ ਸੀ ਤੁਹਾਡੇ ਲਈ ਦੇਖੋ ਈਜ਼ੀ ਗੋਇੰਗ ਤਾਂ ਆਪਾਂ ਜੋ ਅੱਜ ਦਾ ਮਾਹੌਲ ਹੈ ਤੁਹਾਨੂੰ ਰਿਜ਼ਲਟ ਦੱਸ ਰਹੇ ਨੇ ਈਜ਼ੀ ਗੋਇੰਗ ਤਾਂ ਕੁਝ ਵੀ ਨਹੀਂ ਹੈਗਾ ਤਾਂ ਈਜ਼ੀ ਗੋਇੰਗ ਤਾਂ ਕੁਝ ਵੀ ਨਹੀਂ ਹੈਗਾ ਇਹ ਪੂਰੇ ਮੁਕਾਬਲੇ ਦੀਆਂ ਸੀਟਾਂ ਸੀ ਔਰ ਪੰਜਾਬ ਦੇ ਅੰਦਰ ਵੀ ਤੁਸੀਂ ਦੇਖ ਲਓ ਕਿ ਮੁਕਾਬਲਾ ਪੂਰਾ ਚੱਲ ਰਿਹਾ ਹਾਲਾਂਕਿ ਸਰਕਾਰ ਦਾ ਜੋ ਪਿਛਲੀਆਂ ਸਰਕਾਰਾਂ ਦਾ ਇਤਿਹਾਸ ਰਿਹਾ ਪੰਜਾਬ ਦੇ ਅੰਦਰ ਇਹ ਰਿਹਾ ਕਿ ਜਿਹੜੀ ਸਰਕਾਰ ਹੁੰਦੀ ਹੈ ਪੰਜਾਬ ਦੇ ਅੰਦਰ ਉਹਨੂੰ ਸੀਟਾਂ ਨਹੀਂ ਆਉਂਦੀਆਂ ਲੇਕਿਨ ਜਿੱਥੇ ਤੱਕ ਮੈਂ ਰੁਝਾਨ ਦੇਖ ਰਿਹਾ ਤਾਂ ਇਹ ਇਤਿਹਾਸ ਵੀ ਬਦਲਣ ਵਾਲਾ ਔਰ ਅਨੰਦਪੁਰ ਵਾਲੀ ਸੀਟ ਦਾ ਦੇਖਦੇ ਹਾਂ ਕੀ ਜਿਹੜੀ ਮਿੱਥਾਂ ਉਹਦੇ ਬਾਰੇ ਕੀ ਨਿਕਲਦਾ ਕੀ ਨਹੀਂ ਨਿਕਲਦਾ
ਹੁਸ਼ਿਆਰਪੁਰ ਦਾ ਸਵਾਲ ਅਰਵਿੰਦ ਮਿੱਤਲ ਤੁਹਾਡੇ ਨਾਲ ਵੀ ਜੁੜਦਾ ਹੈ, ਵਿਜੇ ਸਾਪਲਾ ਵਾਕਈ ਕੰਮ ਨਹੀਂ ਕਰ ਰਹੇ ਸੀ ਉੱਥੇ? ਨਹੀਂ ਦੇਖੋ, ਇਹ ਪਾਰਲੀਮੈਂਟਰੀ ਬੋਰਡ ਦੇ ਵਿੱਚ ਪਾਰਟੀ ਹਾਈਕਮਾਂਡ ਜਿਹੜੀ ਹੈ ਉਹ ਸਾਰਾ ਚੈੱਕ ਕਰਦੀ ਹੈ, ਔਰ ਕੈਂਡੀਡੇਟ ਦੀ ਸਿਲੈਕਸ਼ਨ ਪਾਰਟੀ ਹਾਈਕਮਾਂਡ ਦਾ ਜਿਹੜਾ ਸਰਵੇ ਔਰ ਉਸ ਤੋਂ ਬਾਅਦ ਪਾਰਟੀ ਦੀ ਰਿਪੋਰਟ ਤੇ ਵਿਨੇਬਿਲਿਟੀ। ਸਰਵੇ ਤੋਂ ਬਾਅਦ ਹੀ ਗਊ ਹੱਤਿਆ ਹੋਈ ਫਿਰ? ਨਹੀਂ ਨਹੀਂ, ਗਊ ਹੱਤਿਆ ਨਾ ਤੁਸੀਂ ਕਹੋ ਇਹਨੂੰ, ਪਾਰਟੀ ਦਾ ਸਾਹਮਣਾ ਸਾਹਮਣੇ ਨਹੀਂ ਕਰ ਰਹੇ ਸੀ, ਉਹ ਠੀਕ ਹੈ ਉਹਨਾਂ ਦੀ ਇੱਕ ਮਨੋਸਥਿਤੀ ਦੇ ਵਿੱਚ ਕਿਸੇ ਚ ਕਿਹਾ ਉਹਨਾਂ ਨੇ, ਲੇਕਿਨ ਐਸਾ ਨਹੀਂ ਹੈ। ਉਸ ਤੋਂ ਬਾਅਦ ਉਹਨਾਂ ਨੇ ਪਾਰਟੀ ਵਾਸਤੇ ਕੰਮ ਵੀ ਕੀਤਾ, ਲੇਕਿਨ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਪਾਰਟੀ ਨੇ ਵਿਨੇਬਿਲਿਟੀ ਕੈਂਡੀਡੇਟ ਦੇਖਣਾ ਹੁੰਦਾ ਕਿ ਕਿਹੜਾ ਕੈਂਡੀਡੇਟ ਜਿੱਤ ਸਕਦਾ। ਉਹਦੇ 'ਚ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਸੋਮ ਪ੍ਰਕਾਸ਼ ਬੈਟਰ ਰਿਜ਼ਲਟ ਦੇ ਸਕਦੇ ਆ, ਇਸ ਕਰਕੇ ਉਹਨਾਂ ਨੇ ਸੋਮ ਪ੍ਰਕਾਸ਼ ਜੀ ਦਾ ਫੈਸਲਾ ਕੀਤਾ। ਔਰ ਸੋਮ ਪ੍ਰਕਾਸ਼ ਜੀ ਦਾ ਫੈਸਲਾ ਪਾਰਟੀ ਦਾ ਠੀਕ ਸਿੱਧ ਹੋ ਰਿਹਾ, ਇਹ ਪਾਰਟੀ ਦੇ ਨਤੀਜਿਆਂ ਦੇ ਰੁਝਾਨ ਦਿਖਾ ਰਿਹਾ। ਠੀਕ ਹੈ, ਡਟ ਕਰ ਮੈਂ ਜਾਤ ਪਾਤ ਜਾਂ ਵਰਗਾਂ ਦੇ ਵਿੱਚ ਮੈਂ ਕਦੇ ਵੀ ਚਰਚਾ ਨੂੰ ਨਹੀਂ ਲਿਆਉਣਾ ਚਾਹੁੰਦਾ, ਨਾ ਮੈਨੂੰ ਚੰਗਾ ਲੱਗਦਾ, ਪਰ ਸਵਾਲ ਇਹ ਹੈਗਾ ਪੰਜਾਬ ਵਿੱਚ ਦਲਿਤ ਵੋਟ ਬੈਂਕ ਬਹੁਤ ਹੈਗਾ ਅਤੇ ਸੋਮ ਪ੍ਰਕਾਸ਼ ਹਰਾਂ ਦੀ ਜੇ ਗੱਲ ਕੀਤੀ ਜਾ ਰਹੀ ਹੈਗੀ ਹੈ, ਨਾਲ ਸਾਂਪਲਾ ਸਾਹਿਬ ਦਾ ਜ਼ਿਕਰ ਕੀਤਾ ਜਾ ਰਿਹਾ ਹੈਗਾ, ਸਵਾਲ ਇਹ ਹੈਗਾ ਦਲਿਤ ਜਿਹੜੇ ਚਿਹਰੇ ਹੈਗੇ ਆ ਉਹਨਾਂ ਨੂੰ ਉਨੇ ਤਰੀਕੇ ਉਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ ਪੇਸ਼ ਕਰਨਾ ਚਾਹੀਦਾ ਹੈਗਾ? ਜਿਵੇਂ ਫਰੀਦਕੋਟ ਦਾ ਮੈਂ ਨਾਲ ਇਗਜ਼ਾਮਪਲ ਲਊਂਗਾ, ਰਾਖਵਾਂ ਹਲਕਾ ਹੈਗਾ ਪਰ ਸਾਰੇ ਕੈਂਡੀਡੇਟ ਉੱਥੋਂ ਬਾਹਰੋਂ ਲਿਆਂਦੇ ਜਾਂਦੇ, ਉੱਥੋਂ ਲੀਡਰ ਹੀ ਨਹੀਂ, ਲੋਕਲ ਲੀਡਰ ਪੈਦਾ ਨਹੀਂ ਕੀਤਾ ਜਾ ਰਿਹਾ, ਉਹਦੀ ਵਜ੍ਹਾ ਕੀ ਹੈ? ਦੇਖੋ, ਜਿੱਥੋਂ ਤੱਕ ਸਵਾਲ ਹੈ ਨਾ, ਜਿਹੜੀ ਦਲਿਤ ਰਾਜਨੀਤੀ ਹੈ ਵੈਸੇ ਤਾਂ ਪੂਰੇ ਹਿੰਦੁਸਤਾਨ ਦੀ, ਪੰਜਾਬ ਦੀ ਵੀ, ਉਹ ਵੀ ਉਸੇ ਤਰ੍ਹਾਂ ਹੀ ਫਸੀ ਹੋਈ ਹੈ, ਜਿਹਦੇ ਵਿੱਚ ਕੁਛ ਪਰਿਵਾਰ ਜਿਵੇਂ ਸੰਤੋਸ਼ ਚੌਧਰੀ ਦਾ ਪਰਿਵਾਰ ਹੈ ਉਹ ਸਾਰਾ ਚੌਧਰੀ ਪਰਿਵਾਰ ਹੀ ਚੱਲਦਾ ਰਿਹਾ, ਅਤੇ ਉਹਦੇ ਵਿੱਚ ਜਾਂ ਪੁਰਾਣੇ ਬਿਊਰੋਕਰੇਟ ਚਾਹੇ ਦਰਬਾਰਾ ਸਿੰਘ ਗੁਰੂ ਹੋਵੇ, ਚਾਹੇ ਸੋਮ ਪ੍ਰਕਾਸ਼ ਹੋਣ, ਚਾਹੇ ਡਾਕਟਰ ਅਮਰ ਸਿੰਘ ਹੋਣ, ਇਹ ਜਿਹੜੀ ਦਲਿਤਾਂ ਦੀ ਰਾਜਨੀਤੀ 'ਚ ਵੀ ਉਹ ਕੁਛ ਉੱਤੇ ਪਰਿਵਾਰ ਜਾਂ ਕੁਛ ਜਿਹੜੇ ਤਕੜੇ ਹੋ ਗਏ ਉਹਨਾਂ ਦਾ ਹੀ ਚੱਲ ਰਿਹਾ। ਦਲਿਤ ਰਾਜਨੀਤੀ ਦਾ ਜੇ ਦੇਖਿਆ ਜਾਵੇ, ਪੰਜਾਬ ਦਾ ਜਿਹੜਾ ਦਲਿਤ ਹੈ ਚਾਹੇ ਉਹ ਕਿਹੜੀ ਵੀ ਗਾਹਾਂ ਫਰਦਰ ਡਿਵੀਜ਼ਨ 'ਚ ਹੋਵੇ, ਉਹਦੇ ਵਿੱਚੋਂ ਇੱਕ ਖਾਸ ਦਲਿਤਾਂ ਦਾ ਵਰਗ ਥੋੜ੍ਹਾ ਜਿਹਾ ਅੱਗੇ ਹੈ, ਦੂਜਾ ਪਿੱਛੇ ਹੈ, ਪਰ ਆਮ ਪਿੰਡਾਂ ਦੇ ਵਿੱਚ ਜਦ ਅਸੀਂ ਦੇਖੀਏ ਤਾਂ ਦਲਿਤ ਸਭ ਤੋਂ ਪਿੱਛੇ ਨੇ। ਆ ਜਿਹੜੇ ਸਕੂਲ ਨੇ ਇਹ 'ਚ ਦਲਿਤਾਂ ਦੇ ਬੱਚੇ ਜ਼ਿਆਦਾ ਪੜ੍ਹਦੇ ਨੇ, ਇਸੇ ਕਰਕੇ ਉੱਥੇ ਬਹੁਤਾ ਧਿਆਨ ਦਿੱਤਾ ਜਾ ਰਿਹਾ, ਹਸਪਤਾਲਾਂ 'ਚ ਵੀ ਗਰੀਬ। ਸੋ ਦਲਿਤ ਦੀ ਦਿਹਾੜੀ ਦਾ, ਦਲਿਤ ਦੇ ਕਾਮੇ ਦਾ, ਦਲਿਤ ਨੇ ਕਰਨੀ ਸੀ ਮਨਰੇਗਾ ਦੀ ਦਿਹਾੜੀ, ਹੁਣ ਇਹ ਕਹਿੰਦੇ ਨੇ ਨਾ ਵੀ ਉਹ ਫਲਾਣਾ ਜੀ ਕੇਂਦਰ ਜੋਬ ਦਿੰਦਾ ਹੁੰਦਾ ਹੈ, ਅਤੇ ਇਹ ਜੋਬ ਉਰੇ ਦੇਣ ਤੋਂ ਕਿਹਨੇ ਰੋਕਿਆ ਸੀ ਇਹਨਾਂ ਨੂੰ? ਉਹ ਨਹੀਂ ਦਿੱਤੇ ਗਏ, ਉਹ ਕਾਰਡ ਉਸ ਤਰੀਕੇ ਨਾਲ ਨਹੀਂ ਬਣੇ, ਜੇ 16 ਲੱਖ ਤਕਰੀਬਨ ਕਾਰਡ ਕਹਿੰਦੇ ਨੇ ਬਣਿਆ, ਉਹ 'ਚੋਂ 8 ਲੱਖ ਐਕਟਿਵ ਹੈ, ਅਤੇ ਉਹਦੇ 'ਚ ਦਿਹਾੜੀ ਤਾਂ ਸਾਰੀ 23-24 ਦਿਨ ਦੀ ਮਿਲੀ ਹੈ, ਜਦਕਿ 100 ਦਿਨ ਦੀ ਦਿਹਾੜੀ ਮਿਲਣੀ ਚਾਹੀਦੀ ਹੈ। ਸੋ ਉਹਦੇ 'ਚ ਹਾਂ ਪੈਸੇ ਨੇ ਜਿਹੜੇ ਸਮੇਂ ਸਿਰ ਹਫ਼ਤੇ ਦੇ ਵਿੱਚ ਮਿਲਣੇ, ਉਹ ਮਿਲ ਹੀ ਨਹੀਂ ਰਹੇ। ਸੋ ਇਹ ਜਿਹੜਾ ਅਸੀਂ ਦੇਖਦੇ ਹਾਂ ਕਿ ਦਲਿਤਾਂ ਦੀ ਜਿਹੜੀ ਅਸਲੀ ਗੁਰਬਤ ਹੈ, ਦਲਿਤਾਂ ਦੇ ਬੱਚਿਆਂ ਦੀ, ਦਲਿਤਾਂ ਦੀਆਂ ਔਰਤਾਂ ਦੀ, ਦਲਿਤਾਂ ਦੇ ਰਹਿਣ ਦੀ ਸਕੀਮਾਂ ਸੈਂਕੜੇ ਨੇ, ਸੈਂਟਰ ਨੇ ਵੀ ਦਿੱਤੀਆਂ ਹੋਈਆਂ ਨੇ, ਸਟੇਟਾਂ ਨੇ ਵੀ ਦਿੱਤੀਆਂ ਹੋਈਆਂ ਨੇ, ਪਰ ਅਸਲੀ ਦਲਿਤ ਜਿਹੜੇ ਹੱਕਦਾਰ ਨੇ ਉਹਨਾਂ ਸਕੀਮਾਂ ਦੇ ਉਹ ਅੱਜ ਵੀ ਬਹੁਤ ਪਿੱਛੇ ਨੇ, ਅਤੇ ਇਸ ਕਰਕੇ ਮੈਂ ਉਹਨੂੰ ਦਲਿਤ ਰਾਜਨੀਤੀ ਉਹਨੂੰ ਵੀ ਵੋਟ ਬੈਂਕ ਦੇ ਤੌਰ 'ਤੇ ਵਰਤ ਰਹੇ ਨੇ, ਉਹਨੂੰ ਕੋਈ ਇਸ ਤਰ੍ਹਾਂ ਨਹੀਂ ਕਰਿਆ ਜਾ ਰਿਹਾ ਜਿਵੇਂ ਕਿ ਦਲਿਤਾਂ ਦੇ ਵਿੱਚ ਕੋਈ ਉਭਾਰ ਆ ਜੇ ਜਿਹਦੇ ਨਾਲ ਕਿ ਦਲਿਤ ਬਹੁਤ ਅੱਗੇ ਆ ਜਾਣ। ਇਹਦੇ ਲਈ ਦਲਿਤ ਲੀਡਰ ਵੀ ਜ਼ਿੰਮੇਵਾਰ ਹੈ? ਹਾਂ, ਮੈਂ ਤਾਂ ਕਹੀ ਜਾਣਾ ਦਲਿਤ ਲੀਡਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਦਲਿਤ ਲੀਡਰ ਸਵਰਨਾਂ ਦੇ ਲੀਡਰ, ਸਵਰਨ 'ਚ ਕੀ ਆਮ ਬੰਦਿਆਂ ਨੂੰ ਆਉਣ ਦਿੰਦੇ ਨੇ? ਜਿਹੜੇ ਸਵਰਨ ਕਹਿੰਦੇ ਨੇ ਆਪਦੇ ਆਪ ਨੂੰ ਉਹ ਵੀ ਕੁਛ ਪਰਿਵਾਰਾਂ ਦਾ ਰਾਜ ਆ ਪੰਜਾਬ ਦੇ ਵਿੱਚ, ਇਹਨਾਂ ਦਾ ਵੀ ਉਹੀ ਆ। ਹਮੀਰ ਸਿੰਘ ਜੀ, ਦਲਿਤ ਲੀਡਰਾਂ ਦਾ ਜ਼ਿਕਰ ਹੋ ਰਿਹਾ, ਮਾਇਆਵਤੀ ਜੋ ਸਥਿਤੀ ਹੈਗੀ ਹੈ ਇਸ ਵਕਤ, ਮੈਂ ਥੋੜ੍ਹਾ ਯੂਪੀ ਵੱਲ ਵੀ ਜਾਣਾ ਚਾਹੂੰਗਾ, ਅਤੇ ਦਲਿਤ ਸਿਆਸਤ ਇੱਥੋਂ ਸ਼ੁਰੂ ਹੁੰਦੀ ਹੈ, ਕਾਂਸ਼ੀ ਰਾਮ ਹਰਾ ਦਾ ਇਤਿਹਾਸ ਤੁਸੀਂ ਜਾਣਦੇ ਹੋ ਜਿਨ੍ਹਾਂ ਨੇ ਬਸਪਾ ਦਾ ਗਠਨ ਕੀਤਾ ਹੈਗਾ। ਸਵਾਲ ਇਹ ਹੈਗਾ ਮਾਇਆਵਤੀ ਆਪਦੇ ਆਪ ਨੂੰ ਸਟੈਬਲਿਸ਼ ਕਰ ਸਕੀ ਉਸ ਰਾਜਨੀਤੀ ਦੇ ਵਿੱਚ ਜਿੰਨਾ ਸਟੈਬਲਿਸ਼ ਕਰਨਾ ਚਾਹੀਦਾ ਸੀ ਮਾਇਆਵਤੀ ਨੂੰ? ਦੇਖੋ, ਇੱਕ ਫਰਕ ਸੀ ਜਿਹੜਾ ਕਾਂਸੀ ਰਾਮ ਨੇ ਜਿਸ ਲੈਵਲ 'ਤੇ ਇੱਕ ਕੰਮ ਕੀਤਾ ਸੀ ਕੰਟਰੀ ਦੇ ਵਿੱਚ ਜਾ ਕੇ, ਕਾਫੀ ਲੰਮਾ ਸਮਾਂ ਕੰਮ ਕੀਤਾ, ਬਾਅਦ 'ਚ 84 ਦੇ ਵਿੱਚ ਜਾ ਕੇ BSP ਬਣਾਈ ਇਲੈਕਟੋਰਲ ਪੋਲਿਟਿਕਸ 'ਚ ਆਏ, ਪਹਿਲਾਂ ਤਾਂ ਵੈਸੇ ਹੀ ਉਹਨੇ ਬਹੁਤ ਕੰਮ ਕੀਤਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਔਰ ਉਦੋਂ ਬਾਅਦ ਉਹਦਾ ਸ਼ਾਇਦ ਕਈ ਵਾਰ ਇੱਕ ਬੰਦਾ ਸ਼ੁਰੂ ਕਰਦਾ, ਉਹਦਾ ਮਿਸ਼ਨ ਕਈ ਵਾਰ ਹੋਰ ਹੁੰਦਾ, ਪਰ ਉਦੋਂ ਬਾਅਦ ਜਿਹੜੇ ਉਹਦੇ ਪੈਰੋਕਾਰ ਆਉਂਦੇ ਨੇ ਉਹ ਉਸ ਤਰੀਕੇ ਦੀ ਪਾਵਰ ਪੋਲਿਟਿਕਸ 'ਚ ਪੈਂਦੇ ਨੇ। ਮਾਇਆਵਤੀ ਨੇ UP 'ਤੇ ਤਾਂ ਫੋਕਸ ਕਰਕੇ ਰੱਖਿਆ, ਪਰ ਬਾਕੀ ਦੀਆਂ ਜਿਹੜੀਆਂ ਸਟੇਟਾਂ ਸੀ, ਚਾਹੇ ਉਹ ਪੰਜਾਬ ਹੋਵੇ, ਮੱਧ ਪ੍ਰਦੇਸ਼ ਹੋਵੇ, ਵੱਖ ਵੱਖ ਸਟੇਟਾਂ ਹੋਣ, ਉੱਥੇ ਨੂੰ ਕੇਵਲ ਰਾਸ਼ਟਰੀ ਪਾਰਟੀ ਬਣੀ ਰਹੇ, ਸਾਰਿਆਂ 'ਤੇ ਬੰਦੇ ਖੜ੍ਹੇ ਕਰ ਦਿਉ, ਉਨੇ ਕੁ ਤੱਕ ਸੀਮਤ ਰੱਖਿਆ। ਮਤਲਬ ਉੱਥੇ ਕੋਈ ਬਹੁਤ ਜ਼ਿਆਦਾ ਲੀਡਰ ਨਹੀਂ ਅਮਰ ਜੋੜ ਦਿੱਤਾ, ਨਹੀਂ ਤਾਂ ਇਹ ਹੁੰਦਾ ਕਿ ਉਹਨਾਂ ਦੀਆਂ ਪਾਰਟੀਆਂ ਦੇ ਰੀਜਨਲ ਲੀਡਰ ਪੈਦਾ ਹੁੰਦੇ ਵੱਡੇ, ਔਰ ਰੀਜਨਲ ਲੀਡਰ ਜੇਕਰ ਅਮਰਜ ਹੁੰਦੇ ਤਾਂ ਇੱਥੇ ਲੋਕਾਂ ਨੂੰ ਵੀ ਮੋਬਲਾਈਜ਼ ਕਰਦੇ, ਜਿਹੜਾ ਮਾੜਾ ਮੋਟਾ ਅਮਰਜ ਹੁੰਦਾ ਦਿਖਾਈ ਦਿੱਤਾ ਉਹਨੂੰ ਸ਼ਾਂਕ ਕੇ ਪਰਾਂ ਕਰਤਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਇਸੇ ਕਰਕੇ ਜਿਹੜੇ ਪੁਰਾਣੇ ਲੀਡਰ ਸੀ BSP ਦੇ ਇੱਥੇ, ਜਿਹੜੇ MP ਵੀ ਲਗਾਤਾਰ ਜਿੱਤੇ, BSP ਦੀ ਟਿਕਟ 'ਤੇ ਜਿੱਤੇ, ਹਰਭਜਨ ਲਾਖਾ 2 ਵਾਰ ਜਿੱਤੇ, ਮੋਹਰ ਸਿੰਘ ਫਲੀਆਂ ਵਾਲਾ ਜਿੱਤੇ, ਸਤਨਾਮ ਕੈਂਥ ਜਿੱਤੇ, ਔਰ ਜਿਹੜੇ ਵੀ ਆਉਂਦੇ ਗਏ ਉਹ ਉਹਨਾਂ ਦਾ ਹਾਲ ਕੀ ਹੋਇਆ ਸਾਡੇ ਸਾਹਮਣੇ ਉਸ ਲੈਵਲ 'ਤੇ ਲੀਡਰਸ਼ਿਪ
ਉਹ ਉਤਸ਼ਾਹ ਮਰ ਗਿਆ। ਇਸ ਲਈ ਪਾਰਟੀ 1.5-2% ਵੋਟ ਤੇ ਰਹਿ ਗਈ ਹੈ ਉਸ ਮਾਮਲੇ ਦੇ ਵਿੱਚ। ਹਮੀਰ ਸਿੰਘ ਜੀ, ਕਿਤੇ ਨਾ ਕਿਤੇ ਇੱਕ ਇਹ ਰੀਜ਼ਨ ਵੀ ਹੈਗਾ ਕਿ ਉਹੀ ਮਾਇਆਵਤੀ ਜਿਹੜੀ ਕਿਸੇ ਵੇਲੇ ਇਹ ਕਹਿੰਦੀ ਸੀਗੀ ਕਿ ਤਿਲਕ ਤਰਾਜੂ ਔਰ ਤਲਵਾਰ ਇਨਕੋ ਮਾਰੂ ਜੂਤੇ ਚਾਰ, ਉਹਨੇ ਫਿਰ ਰਿਵਰਸ ਕੀਤਾ ਸੀਗਾ, ਬ੍ਰਾਹਮਣ ਸ਼ੰਖ ਵਜਾਏਗਾ ਤਾਂ ਹਾਥੀ ਅੱਗੇ ਜਾਏਗਾ। ਕਿ ਕਿਤੇ ਨਾ ਕਿਤੇ ਉਹ ਜਿਹੜਾ ਥੋਟ ਪ੍ਰੋਸੈਸ ਪੂਰੇ ਦਾ ਪੂਰਾ ਇੱਕ ਪਾਰਟੀ ਦਾ ਜਿਹੜਾ ਕੋਰ ਲਾਈਨ ਸੀਗੀ ਉਸਨੂੰ ਚੇਂਜ ਕਰਨਾ ਵੀ ਕਿਤੇ ਨਾ ਕਿਤੇ ਦਲਿਤ ਸਿਆਸਤ ਨੂੰ ਕਿਤੇ ਨਾ ਕਿਤੇ ਪਿੱਛੇ ਲੈ ਗਿਆ। ਉਸਨੂੰ ਚੇਂਜ ਕੀਤਾ ਯੂਪੀ ਦੇ ਪਾਰਟੀ ਕੋਲ, ਕਿਉਂਕਿ 16% ਦਲਿਤ ਨਾਲ ਤੁਸੀਂ ਯੂਪੀ ਵਿਨ ਨਹੀਂ ਕਰ ਸਕਦੇ। ਇਸੇ ਕਰਕੇ ਮਾਇਆਵਤੀ ਦੀ ਜੈ ਜੈਕਾਰ ਹੋਈ ਸੋਸ਼ਲ ਇੰਜੀਨੀਅਰਿੰਗ ਦੇ ਰੂਪ ਦੇ ਵਿੱਚ, ਜਦੋਂ ਇਕੱਲੇ ਤੌਰ ਤੇ ਯੂਪੀ ਦੇ ਵਿੱਚ ਜਿੱਤ ਕੇ ਆ ਗਈ ਕਿ ਮੈਂ ਕਾਸਟ ਬੇਸਡ ਇੰਨੀਆਂ ਇੰਨੀਆਂ ਟਿਕਟਾਂ ਦੇਵਾਂਗੀ, ਸਰਬ ਸਮਾਜ ਦੀ ਗੱਲ ਕਰੂੰਗੀ, ਬਹੁਤ ਇਕੱਲੇ ਆਪਣੇ ਸਮਾਜ ਦੀ ਗੱਲ ਨਹੀਂ ਕਰੂੰਗੀ। ਉਹਨੂੰ ਵਡਿਆਇਆ ਗਿਆ, ਪਰ ਉਹ ਬਹੁਤਾ ਸਮਾਂ ਨਹੀਂ ਚੱਲਿਆ ਕੰਮ ਉਸ ਤਰੀਕੇ ਦੇ ਨਾਲ। ਤੁਹਾਡੀ ਕੋਰ ਵੋਟ ਔਰ ਕੋਰ ਵੋਟ ਤਾਂ ਇੱਥੇ ਉਹਨਾਂ ਨੇ ਕੰਸੋਲੀਡੇਟ ਹੀ ਨਹੀਂ ਕੀਤੀ, ਪੰਜਾਬ 'ਚ ਤਾਂ ਮੇਰਾ ਖਿਆਲ ਉਸ ਲੈਵਲ ਦੀ ਨਹੀਂ ਹੋਈ। ਔਰ ਜਦੋਂ 3 BSP ਦੇ ਕੈਂਡੀਡੇਟ ਆਏ, MP ਬਣੇ, ਕਾਸੀ ਰਾਮ ਵੀ ਰੋਪੜ ਤੋਂ ਬਣੇ ਉਦੋਂ, ਬਿਲਕੁਲ ਉਦੋਂ ਅਲਾਇੰਸ 'ਚ ਬਣੇ, ਅਤੇ ਅਲਾਇੰਸ ਕਦੇ ਕੀਤਾ ਹੀ ਨਹੀਂ ਫਿਰ ਇੱਥੇ ਆ ਕੇ ਪ੍ਰੋਪਰ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਿਸੇ ਨਾਲ ਉਹਨੇ ਆ ਕੇ ਮੁੜ ਕੇ, ਅਤੇ ਉਹ ਇਕੱਲੇ ਇਕੱਲੇ ਰਹਿੰਦੇ ਸੀ, ਇਕੱਲੇ ਇਕੱਲੇ ਹਰ ਵਾਰ ਹਾਰਨਾ ਡਿਮੋਰਲਾਈਜ਼ ਕਰ ਦਿੰਦਾ ਨਾ, ਇੱਕ ਵਾਰ ਹਾਰਨਾ ਕੋਈ ਗੱਲ ਨਹੀਂ, ਅਗਲੇ ਵਾਰ ਹਾਰਨਾ ਕੋਈ ਗੱਲ ਨਹੀਂ, ਜਦੋਂ ਕੰਟੀਨਿਊ ਹਾਰ ਹੁੰਦੀ ਹੈ ਤਾਂ ਤੁਸੀਂ ਡਿਮੋਰਲਾਈਜੇਸ਼ਨ ਆ ਜਾਂਦੀ ਹੈ। ਬਾਕੀ ਜਗ੍ਹਾ ਮਾਇਆਵਤੀ ਯੂਪੀ ਦੇ ਵਿੱਚ ਅਲਾਇੰਸ ਵੀ ਕਰਦੀ ਰਹੀ, ਕਦੇ BJP ਦੇ ਨਾਲ ਵੀ ਰਲ ਕੇ ਸਰਕਾਰ ਬਣਾਈ, ਕਦੇ SP ਦੇ ਨਾਲ ਰਲ ਕੇ ਸਰਕਾਰ ਬਣਾਈ, ਐਤਕੀ ਫਿਰ ਅਲਾਇੰਸ ਕੀਤਾ। ਔਰ ਹੁਣ ਇਹ ਸੋਝੀ ਤਾਂ ਮੇਰਾ ਖਿਆਲ ਆਉਂਦੀ ਜਾਂਦੀ ਹੈ ਕਿ ਇਕੱਲੇ ਦੇ ਤੌਰ 'ਤੇ ਕੰਮ ਵੀ ਨਹੀਂ ਚੱਲਦਾ ਉਸ ਪੱਧਰ ਦੇ ਉੱਤੇ। ਐਤਕੀ ਵੀ ਉਹਨਾਂ ਨੇ ਮਹਾਂਗਠਬੰਧਨ ਦੇ ਨਾਂ 'ਤੇ ਸ਼ਾਇਦ ਇਸੇ ਕਰਕੇ ਉਹ ਇੱਕ ਅਲਾਇੰਸ ਬਣਾਇਆ ਸੀਗਾ, ਕਿਉਂਕਿ ਪਿਛਲੇ ਵਾਰ 19% ਵੋਟ ਮਿਲਣ ਦੇ ਬਾਵਜੂਦ ਇੱਕ ਵੀ ਸੀਟ ਮਾਇਆਵਤੀ ਨੂੰ ਨਹੀਂ ਮਿਲੀ। ਸਾਡਾ ਇੱਕ ਪੈਟਰਨ ਹੀ ਇਹ ਸੀ ਕਿ 31% ਦੇ ਨਾਲ 282 ਸੀਟਾਂ ਆਉਂਦੀਆਂ ਨੇ ਇਸ ਕੰਟਰੀ ਦੇ ਵਿੱਚ, 19% ਵਾਲੇ ਦੀ ਇੱਕ ਵੀ ਸੀਟ ਨਹੀਂ ਆਉਂਦੀ, ਅਤੇ ਅਲੱਗ ਅਲੱਗ ਟਾਈਪ ਦਾ ਪੈਟਰਨ, ਅਤੇ 4.5% ਵੋਟਾਂ ਵਾਲਿਆਂ ਦੀਆਂ 39 ਸੀਟਾਂ ਆਉਂਦੀਆਂ ਨੇ, ਪ੍ਰਗਿਆ ਸਿੰਘ ਠਾਕੁਰ ਇਸ ਵੇਲੇ ਦਿਗਵਿਜੇ ਸਿੰਘ ਤੋਂ ਅੱਗੇ ਚੱਲ ਰਹੇ ਨੇ 44,222 ਵੋਟਾਂ ਤੋਂ। ਪ੍ਰਗਿਆ ਸਿੰਘ ਠਾਕੁਰ ਦੇ ਦਿੱਤੇ ਗਏ ਬਿਆਨਾਂ 'ਤੇ ਪ੍ਰਧਾਨ ਮੰਤਰੀ ਨੇ ਇੱਕ ਬਿਆਨ ਦਿੱਤਾ ਸੀ ਕਿ ਮੈਂ ਕਦੇ ਉਹਨਾਂ ਨੂੰ ਮਨ ਤੋਂ ਮਾਫ਼ ਨਹੀਂ ਕਰਾਂਗਾ। ਹੁਣ ਤਾਂ ਪਾਰਲੀਮੈਂਟ ਦੇ ਵਿੱਚ ਉਹਨਾਂ ਦਾ ਸਾਹਮਣਾ ਹੋਏਗਾ ਕਿ ਉੱਥੇ ਮਾਫ਼ੀ ਮਿਲੇਗੀ, ਗਲੇ ਲਾਣਗੇ ਜਾਂ ਕੀ ਕਹਿਣਗੇ। ਦੇਖੋ, ਮੈਂਬਰ ਪਾਰਲੀਮੈਂਟ ਬਣ ਕੇ ਆਉਣਾ ਉਹ ਤਾਂ ਜਨਤਾ ਦਾ ਮੈਂਡੇਟ ਹੈ। ਜੋ ਜਨਤਾ ਦੇ ਮੈਂਡੇਟ ਨਾਲ ਮੈਂਬਰ ਪਾਰਲੀਮੈਂਟ ਬਣ ਕੇ ਆਉਂਦੇ ਹੈ ਤਾਂ ਜੋ ਇੱਕ ਮੈਂਬਰ ਪਾਰਲੀਮੈਂਟ ਦੇ ਅਧਿਕਾਰ ਹੈ ਉਹ ਉਹਨਾਂ ਦੇ ਵੀ ਹੋਣਗੇ, ਤੁਸੀਂ ਡਿਫਰੈਂਸ਼ੀਏਟ ਨਹੀਂ ਕਰ ਸਕਦੇ। ਲੇਕਿਨ ਜੋ ਇੱਕ ਪਰਸਨਲ ਕੰਡਕਟ ਹੈ, ਜਿਸ ਤਰੀਕੇ ਦੇ ਬਿਆਨ ਉਹਨਾਂ ਨੇ ਦਿੱਤੇ, ਜਿਸ ਦੇ ਨਾਲ ਕਿ ਜਿਸ ਨੂੰ ਕਿ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਮੈਂ ਇਹਨਾਂ ਨੂੰ ਅਪਰੂਵ ਨਹੀਂ ਕਰ ਸਕਦਾ ਔਰ ਮੈਂ ਇਹਨਾਂ ਨੂੰ ਮਾਫ਼ ਨਹੀਂ ਕਰ ਸਕਦਾ, ਉਹ ਪਰਸਨਲ ਲੈਵਲ ਦੇ ਉੱਤੇ ਉਹ ਕਿਸ ਤਰੀਕੇ ਦੇ ਨਾਲ ਜਾਂ ਪਾਰਟੀ ਲੈਵਲ ਦੇ ਉੱਤੇ ਕਿਸ ਤਰੀਕੇ ਨਾਲ ਡੀਲ ਕਰਨਗੇ ਆਉਣ ਵਾਲੇ ਟਾਈਮ 'ਚ, ਪਾਰਟੀ ਫੈਸਲਾ ਕਰੇਗੀ। ਇੱਦਾਂ ਪਾਰਟੀ ਫੈਸਲਾ ਤਾਂ ਕਰੇਗੀ, ਪਰ ਇਹ ਇਸ ਨੂੰ ਜਮਹੂਰੀਅਤ ਦੇ ਹਿਸਾਬ ਨਾਲ ਅਸੀਂ ਕਿਵੇਂ ਵੇਖੀਏ ਕਿ ਇਹ ਵਾਕਈ ਠੀਕ ਹੈ ਕਿ ਇੱਕ ਉਹ ਸ਼ਖਸ ਜਿਹੜਾ ਅਜਿਹੇ ਮਾਮਲੇ 'ਚ ਮੁਲਜ਼ਮ ਹੈ ਜਿਹੜਾ ਟੈਰਰ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ, ਟੈਰਰਿਜ਼ਮ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ, ਅਤੇ ਉਸ ਮਾਮਲੇ 'ਚ ਮੁਲਜ਼ਮ ਸ਼ਖਸ ਨੂੰ ਪਹਿਲਾਂ ਤੁਸੀਂ ਟਿਕਟ ਦਿੰਦੇ ਹੋ, ਚੋਣ ਲੜਾਉਂਦੇ ਹੋ, ਚੋਣਾਂ ਵਿੱਚ ਖੈਰ ਉਹ ਜਿੱਤ ਵੀ ਗਏ ਨੇ, ਲੋਕਾਂ ਦਾ ਮੈਂਡੇਟ ਹੈ ਉਸ 'ਤੇ, ਲੋਕਾਂ ਦਾ ਮੈਂਡੇਟ ਅਸੈਪਟ ਹੋਇਆ, ਬਟ ਜਮਹੂਰੀਅਤ ਦੇ ਲਈ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ, ਔਰ ਇਹ ਕੌਮਾਂਤਰੀ ਪੱਧਰ ਦੇ ਮੀਡੀਆ ਵਿੱਚ ਵੀ ਇਸ ਗੱਲ ਦੀ ਚਰਚਾ ਹੋਈ, ਉੱਥੇ ਵੀ ਸਵਾਲ ਦਾ ਜਵਾਬ ਜਿਹੜਾ ਸੀਗਾ ਉਹ ਨਹੀਂ ਦਿੱਤਾ ਗਿਆ ਕਿ ਇੱਥੇ ਦਿੱਤਾ ਜਾ ਸਕਦਾ। ਮੈਂ ਜੋ ਮੈਂ ਸਮਝਦਾ ਕਿ ਦੇਖੋ, ਸਾਡਾ ਇੱਕ ਮੰਨਣਾ ਹੈ ਕਿ ਵੀ ਜਿਹੜਾ ਪ੍ਰਗਿਆ ਠਾਕੁਰ ਦਾ ਜਾਂ ਔਰ ਕਾਂਗਰਸ ਦਾ ਜਿਹੜਾ ਉਸ ਵੇਲੇ ਦੀ ਸਰਕਾਰ ਸੀ, ਉਹਨਾਂ ਨੇ ਇਸ ਨੂੰ ਇਹ ਇੱਕ ਕੇਸ ਬਣਾ ਕੇ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ। ਇੱਕ ਹਿੰਦੂ ਟੈਰੋਰਿਜ਼ਮ ਦਾ ਉਹਨਾਂ ਨੇ ਇੱਕ ਜਿਹੜਾ ਉਸ ਵੇਲੇ ਦਾ ਕੈਂਪੇਨ ਚਲਾਈ ਗਈ, ਔਰ ਉਸ ਕੈਂਪੇਨ ਨੂੰ ਚਲਾਉਣ ਵਾਸਤੇ BJP ਦੇ ਖਿਲਾਫ਼ ਇੱਕ ਨੈਰੇਟਿਵ ਖੜਾ ਕਰਨ ਵਾਸਤੇ ਉਹਨਾਂ ਨੇ, ਕਿਉਂਕਿ BJP ਦੇ ਬਾਰੇ 'ਚ ਇਹ ਕਿਹਾ ਜਾਂਦਾ ਕਿ ਜੀ ਇਹ ਤਾਂ ਪ੍ਰੋ ਹਿੰਦੂ ਪਾਰਟੀ ਹੈ, ਔਰ ਇਸ ਕਰਕੇ ਉਹਨਾਂ ਨੇ ਇਹ ਸਾਰਾ ਇਹ ਸਿਸਟਮ ਚਲਾਇਆ ਸੀ। ਅਸੀਂ ਉਸ ਨੂੰ ਗਲਤ ਮੰਨਦੇ ਹਾਂ ਕਿ ਵੀ ਹਿੰਦੂ ਟੈਰੋਰਿਜ਼ਮ ਦਾ ਗੱਲ ਕਰਨਾ ਇਹ ਇੱਕ ਕਾਂਗਰਸ ਦੀ ਗਲਤ ਨੀਤੀ ਹੈ ਔਰ ਦੇਸ਼ ਨੂੰ ਸਮਾਜ ਨੂੰ ਵੰਡਣ ਦੀ ਔਰ ਤੋੜਨ ਦੀ ਨੀਤੀ ਹੈ। ਚਲੋ ਹਿੰਦੂ ਟੈਰਰਿਜ਼ਮ ਨੂੰ ਆਪਾਂ ਪਾਸੇ ਛੱਡ ਕੇ ਮੈਂ ਅੱਗੇ ਅਗਲੀ ਗੱਲ ਤੇ ਜੇ ਆਪਾਂ ਇਹ ਸਵਾਲ ਕਰੀਏ, ਹਾਂਜੀ, ਸਾਧਵੀ ਪ੍ਰਗਿਆ ਨੂੰ ਤੁਸੀਂ ਮੁਲਜ਼ਮ ਮੰਨਦੇ ਕਿ ਨਹੀਂ ਮੰਨਦੇ? ਸਾਧਵੀ ਪ੍ਰਗਿਆ ਨੂੰ ਦੇਖੋ, ਇੱਕ ਕੇਸ ਦੇ ਵਿੱਚ ਕੋਰਟ ਨੇ ਬਰੀ ਕੀਤਾ, ਤੁਸੀਂ ਮੁਲਜ਼ਮ ਮੰਨਦੇ ਕਿ ਨਹੀਂ? ਇਸ ਜਦ ਕੋਰਟ ਨੇ ਬਰੀ ਕਰਤਾ, ਅਸੀਂ ਕਿਵੇਂ ਕਹਿ ਦਈਏ ਮੁਲਜ਼ਮ ਹੈ ਕਿ ਨਹੀਂ ਸਾਧਵੀ? ਨਹੀਂ, ਬਿਲਕੁਲ, ਜਦੋਂ ਬਰੀ ਹੋ ਚੁੱਕੀ ਹੈ, ਬਰੀ ਨਹੀਂ ਕੀਤਾ ਜੀ, ਮੁਲਜ਼ਮ ਕਈ ਕੇਸਾਂ 'ਚ ਹੈ, ਮੁਲਜ਼ਮ ਕਈ ਕੇਸਾਂ 'ਚ ਦੋਸ਼ੀ ਸਾਬਤ ਹੋ, ਅਸੀਂ ਇਹ ਕਹਿੰਦੇ ਹਾਂ, ਸਿੰਪਲ ਸਵਾਲ ਕੀਤਾ, ਮੁਲਜ਼ਮ ਕਿ ਨਹੀਂ ਮੰਨਦੇ? ਅਸੀਂ, ਮੈਂ ਸ਼ੁਰੂ 'ਚ ਹੀ, ਮੈਂ ਤਾਂ ਤੁਹਾਡੇ ਤੋਂ ਪਹਿਲੇ ਤੁਸੀਂ ਸਮਝੌਤਾ ਬਲਾਸਟ ਕੇਸ ਨੂੰ ਵੀ ਇਸੇ ਨਾਲ ਜੋੜ ਦਿਓ? ਮੈਂ ਤੁਹਾਡੇ ਗੱਲ ਦਾ ਜਵਾਬ ਮੈਂ ਆਪਣੀ ਪਹਿਲੀ ਲਾਈਨ 'ਚ ਹੀ ਕਹਿਤਾ ਕਿ ਕਾਂਗਰਸ ਨੇ ਉਸ ਵੇਲੇ ਦੀ ਸਰਕਾਰ ਨੇ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ, ਔਰ ਉਸ ਸਾਰੀ ਜਿਹੜੀ ਉਹਨਾਂ ਦੀ ਇਨਵੈਸਟੀਗੇਸ਼ਨ ਔਰ ਟ੍ਰਾਇਲ ਜਿਸ ਤਰੀਕੇ ਨਾਲ ਹੋਈ, ਉਹਦੇ 'ਚ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਤੋਂ ਬਾਅਦ ਜਦੋਂ ਉਹ ਇੱਕ ਕੇਸ 'ਚ ਬਰੀ ਹੋ ਕੇ ਆ ਗਏ, ਇੱਕ ਕੇਸ 'ਚ ਬਰੀ ਹੋ ਕੇ ਆਏ ਆ, ਔਰ ਸਾਡਾ ਮੰਨਣਾ
ਜਿਹੜਾ ਕੇਸ ਕੋਰਟ 'ਚ ਚੱਲਦਾ ਉਹ ਤਾਂ ਚੱਲਦਾ, ਉਹਦਾ ਤਾਂ ਫੈਸਲਾ ਆ ਜਾਏਗਾ, ਲੇਕਿਨ ਅਸੀਂ ਮੰਨਦੇ ਹਾਂ, ਅਸੀਂ ਮੰਨਦੇ ਹਾਂ, ਅਸੀਂ ਇਹ ਮੰਨਦੇ ਹਾਂ ਕਿ ਕਾਂਗਰਸ ਨੇ ਉਹਨੂੰ ਫਸਾ ਦਿੱਤਾ। ਪ੍ਰਾਈਮ ਮਿਨਿਸਟਰ ਨਾਲ ਦੇਖੋ ਅੱਜ ਦੇਸ਼ ਦੀ ਕ੍ਰਾਂਤੀ ਜਦੋਂ ਬੀਜੇਪੀ ਪ੍ਰੈਜ਼ੀਡੈਂਟ ਨਾਲ ਨੇ ਜਵਾਬ ਦੇ ਰਹੇ ਨੇ ਸਵਾਲਾਂ ਦਾ, ਪ੍ਰਧਾਨ ਮੰਤਰੀ ਨਾਲ ਨੇ ਉਦੋਂ ਪਹਿਲਾਂ ਬਿਆਨ ਇਹ ਦੇ ਚੁੱਕੇ ਸੀ ਕਿ ਮੈਂ ਪਰਸਨਲੀ ਉਹਨਾਂ ਨੂੰ ਕਦੇ ਮਾਫ਼ ਨਹੀਂ ਕਰੂੰਗਾ, ਅਤੇ ਬੀਜੇਪੀ ਪ੍ਰੈਜ਼ੀਡੈਂਟ ਕਹਿੰਦੇ ਨੇ ਕਿ ਉਹਨੂੰ ਖੜਾ ਕਰਨਾ ਸਾਡਾ ਸੱਤਿਆਗ੍ਰਹਿ ਹੈ। ਮੈਂ ਵੀ ਇਹੀ ਗੱਲ ਕਹੀ ਅੱਜ, ਦੇਸ਼ ਦੀ ਪ੍ਰਾਈਮ ਮਿਨਿਸਟਰ ਦੇ ਨਾਲ ਬੈਠੇ ਵੇ ਤੇ ਪ੍ਰਾਈਮ ਮਿਨਿਸਟਰ ਦੀ ਵੀ ਜਦੋਂ ਤੁਸੀਂ ਇੱਕ ਗੱਲ ਪ੍ਰਾਈਮ ਮਿਨਿਸਟਰ ਨੇ ਜਿਹੜੀ ਨਹੀਂ ਸੋਰੀ ਹਮੀਰ ਸਿੰਘ ਤੇ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਉਸੇ ਚੀਜ਼ਾਂ ਨੂੰ ਸੇਮ ਵਿਅਕਤੀ ਨੂੰ ਦੋ ਚੀਜ਼ਾਂ ਨੂੰ ਆਪਾਂ ਮਿਕਸ ਨਾ ਕਰੀਏ, ਨਾ ਉਹ ਨਹੀਂ ਦੋ ਚੀਜ਼ਾਂ ਨੂੰ ਮਿਕਸ ਨਾ ਕਰੀਏ, ਉਸੇ ਨੂੰ ਰੋਲ ਮਾਡਲ ਬਣਾ ਕੇ ਸੱਤਿਆਗ੍ਰਹਿ ਕਰਨਾ। ਇੱਕ ਸੈਕਿੰਡ, ਜਿਹਨੂੰ ਪ੍ਰਾਈਮ ਮਿਨਿਸਟਰ ਇਹ ਕਹਿ ਰਹੇ ਨੇ ਇੱਕ ਸੈਕਿੰਡ ਹਮੀਰ ਸਿੰਘ ਜੀ, ਤੁਸੀਂ ਬਹੁਤ ਸੀਨੀਅਰ ਪੱਤਰਕਾਰ ਹੋ, ਸੀਨੀਅਰ ਜਰਨਲਿਸਟ ਹੋ, ਮੈਂ ਤੁਹਾਡਾ ਸਤਿਕਾਰ ਕਰਦਾ, ਲੇਕਿਨ ਤੁਸੀਂ ਦੋ ਚੀਜ਼ਾਂ ਨੂੰ ਮਿਕਸ ਨਾ ਕਰੀਏ, ਆਪਾਂ ਸੈਪਰੇਟ ਰੱਖੀਏ। ਪ੍ਰਾਈਮ ਮਿਨਿਸਟਰ ਨੇ ਜਿਹੜਾ ਅਜ਼ਵੀ ਪ੍ਰਗਿਆ ਨੂੰ ਕਿਹਾ ਮੈਂ ਮਾਫ਼ ਨਹੀਂ ਕਰਾਂਗਾ, ਉਹ ਨਾਥੂਰਾਮ ਗੋਡਸੇ ਦੇ ਬਾਰੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਸ ਗੱਲ 'ਤੇ ਕਿਹਾ, ਸਾਧਵੀ ਪ੍ਰਗਿਆ ਨੂੰ ਟਿਕਟ ਦੇਣਾ ਉਸ ਦੇ ਉੱਤੇ ਉਹਨਾਂ ਨੇ ਜਿਹੜਾ ਕਿਹਾ ਵੀ ਇਹ ਸੱਤਿਆਗ੍ਰਹਿ, ਇਹ ਸਾਡੇ ਪ੍ਰਧਾਨ ਅਮਿਤ ਸ਼ਾਹ ਜੀ ਦਾ ਇਸ ਬਾਰੇ 'ਚ ਬਿਆਨ ਸੀ, ਇਹ ਦੋ ਵੱਖਰੀਆਂ ਚੀਜ਼ਾਂ, ਇਹ ਦੋ ਵੱਖਰੀ ਚੀਜ਼ਾਂ। ਜਿਹੜਾ ਨਾਥੂਰਾਮ ਗੋਡਸੇ ਦਾ ਬਿਆਨ ਆਇਆ ਉਹ ਕੈਂਪੇਨ ਕਿਹਾ ਇਵਨ ਵੋਟਿੰਗ ਤੋਂ ਵੀ ਬਾਅਦ 'ਚ ਆਇਆ। ਨਾਥੂਰਾਮ ਗੋਡਸੇ ਨੂੰ ਤੁਸੀਂ ਕੀ ਮੰਨਦੇ ਹੋ? ਨਥੂਰਾਮ ਗੋਡਸੇ ਕੋਈ ਬੀਜੇਪੀ ਦਾ ਵਰਕਰ ਨਹੀਂ ਸੀ, ਔਰ ਜੋ ਉਹਨੇ ਗਾਂਧੀ ਜੀ ਦੀ ਹੱਤਿਆ ਕੀਤੀ ਅਸੀਂ ਉਸਨੂੰ ਇਸ ਗੱਲ ਵਾਸਤੇ ਕਲੀਅਰ ਨਹੀਂ ਕਰ ਸਕਦੇ, ਮਾਫ਼ ਨਹੀਂ ਕਰ ਸਕਦੇ। ਨਥੂਰਾਮ ਗੋਡਸੇ ਨੇ ਗਾਂਧੀ ਜੀ ਦੀ ਹੱਤਿਆ ਕੀਤੀ, ਉਹ ਇੱਕ ਗਲਤ ਕਦਮ ਸੀ। ਚਲੋ, ਬਹੁਤ ਸਾਰੀਆਂ ਚਰਚਾਵਾਂ ਬਾਕੀ ਹੈਗੇ, ਬੜੇ ਸਾਰੇ ਸਵਾਲ ਹੈਗੇ ਆ ਸਾਰੇ ਜਹਿਨ ਦੇ ਵਿੱਚ, ਸਾਰਿਆਂ ਦੇ ਜਹਿਨ ਦੇ ਵਿੱਚ ਉਹ ਸਾਰੇ ਸਵਾਲ ਅਸੀਂ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹਾਂ। ਫੈਸਲਾ ਦੇਸ਼ ਦਾ, ਦੇਸ਼ ਫੈਸਲਾ ਸੁਣਾ ਰਿਹਾ ਅਤੇ ਇਸ ਨੂੰ ਕਬੂਲ ਕਰਨਾ ਬਣਦਾ ਹੈਗਾ। ਜਿਵੇਂ ਜਿਵੇਂ ਦੇਸ਼ ਫੈਸਲਾ ਸੁਣਾਵੇਗਾ ਉਵੇਂ ਤੁਹਾਨੂੰ ਅਸੀਂ ਦੱਸ ਰਹੇ ਹਾਂ। ਅਪਡੇਟ ਆ ਜਿਹੜੀ ਸਕਰੀਨ 'ਤੇ ਤੁਸੀਂ ਲਗਾਤਾਰ ਦੇਖ ਪਾ ਰਹੇ ਹੋ, ਕਈ ਚੀਜ਼ਾਂ ਜਿਹੜੀਆਂ ਅਸੀਂ ਬੋਲ ਕੇ ਨਹੀਂ ਦੱਸ ਪਾ ਰਹੇ ਤੁਹਾਨੂੰ, ਤੁਸੀਂ ਲਿਖਿਆ ਹੋਇਆ ਵੀ ਪੜ੍ਹ ਸਕਦੇ ਹੋ। ਜਿਹੜਾ ਕੰਧ 'ਤੇ ਲਿਖਿਆ ਉਹ ਮਿਟ ਨਹੀਂ ਸਕਦਾ ਹੈਗਾ, ਹੁਣ ਕੰਧ 'ਤੇ ਦੇਸ਼ ਲਿਖਦਾ ਪਿਆ, ਪਤਾ ਨਹੀਂ ਕੀ ਲਿਖੇਗਾ। ਸ਼ਾਮ ਤੱਕ ਫੈਸਲਾ ਹੋ ਜਾਵੇਗਾ। ਬ੍ਰੇਕ ਤੋਂ ਵਾਪਸ ਆ ਰਹੇ ਹਾਂ।